दोस्तों वेलकम टू एम ए टी वी स्टूडियोज़ एंड यू नो वेरी वेल कि साडा जिहड़ा प्रोग्राम हुंदा एवरी थर्सडे हुंदा फ्रॉम 9:30 PM टू 10:30 PM इट इज़ लाइव प्रोग्राम ओबियसली यू आर वॉचिंग ऑन स्काई चैनल 793 एंड लेट मी टेल यू परहैप्स इफ यू डोंट नो देन यू कैन एक्चुअली वॉच अस लाइव ऑन यूट्यूब फेसबुक इंस्टाग्राम ट्विटर एंड ऑल्सो ऑनलाइन टू वॉच ऑनलाइन एनी वेयर अराउंड द वर्ल्ड is www.matvchannel.com ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹਦੇ ਵਿੱਚ ਸਾਡੇ ਕੋਲ ਪੰਜਾਬੀ ਦੇ ਦੋ ਸ਼ਾਇਰ ਵੀ ਹਨ ਔਰ ਉਹਨਾਂ ਦੇ ਦੂਜੇ ਇੰਟਰਸਟ ਵੀ ਹੈਗੇ ਜਿਹਦੇ ਬਾਰੇ ਮੈਂ ਹੁਣ ਦੱਸਾਂਗਾ ਇੱਕ ਤਾਂ ਸਾਡੇ ਕੋਲ ਹੈਗੇ ਨੇ ਬਿੱਟੂ ਖੰਗੂੜਾ ਜੀ ਬਿੱਟੂ ਖੰਗੂੜਾ ਜੀ ਲੁਧਿਆਣੇ ਜਿਨ੍ਹਾਂ ਦਾ ਜਨਮ ਹੋਇਆ ਲੁਧਿਆਣੇ ਵਿੱਚ ਹੀ ਐਜੂਕੇਸ਼ਨ ਹੋਈ ਹੈ ਬਟ ਹੀ ਮੂਵ ਟੂ ਹੋਂਗਕੋਂਗ ਇਨ 1995 ਦੇ ਵਿੱਚ ਆਪ ਜੀ ਇੱਥੇ ਆ ਗਏ ਔਰ ਇਹ ਜਿਹੜੇ ਕੰਮ ਕਰਦੇ ਨੇ ਔਰ ਕੰਮ ਦੇ ਨਾਲ ਨਾਲ ਇਹ ਇੱਕ ਪ੍ਰੋਗਰਾਮ ਵੀਕ ਦਾ ਲੋਕਲ ਰੇਡੀਓ ਸਟੇਸ਼ਨ ਉੱਤੇ ਵੀ ਦਿੰਦੇ ਨੇ ਸੋ ਪ੍ਰੈਜ਼ੈਂਟਿੰਗ ਦੇ ਲਿਹਾਜ਼ ਦੇ ਨਾਲ ਇਹ ਕਾਫੀ ਵਾਕਫ ਨੇ ਇਸ ਚੀਜ਼ ਦੇ ਅਤੇ ਇਹਨਾਂ ਦਾ ਪਹਿਲਾਂ ਸਵਾਗਤ ਕਰ ਲਈਏ ਬਿੱਟੂ ਜੀ ਸਾਡੇ ਸਟੂਡੀਓ 'ਚ ਤੁਹਾਡਾ ਸਵਾਗਤ ਹੈ ਖੈਰ ਮਕਦਮ ਹੈ ਥੈਂਕ ਯੂ ਸਾਥੀ ਜੀ ਲੋਕਾਂ ਦੇ ਸਾਹਮਣੇ ਲਿਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਖੁਸ਼ੀ ਹੈ ਓਕੇ ਪਲੇਜਰ ਬਹੁਤ ਕਿਉਂਕਿ ਅਸੀਂ ਪਲੇਜਰ ਇਜ਼ ਮਾਈਨ ਛੋਟੇ ਹੁੰਦਿਆਂ ਤੋਂ ਸੁਣਦੇ ਆਏ ਹਾਂ ਪੜ੍ਹਦੇ ਆਏ ਹਾਂ ਔਰ ਕਾਫੀ ਅੱਛਾ ਲੱਗਿਆ ਤੁਹਾਡੇ ਨਾਲ ਪ੍ਰੋਗਰਾਮ ਕਰਕੇ ਬਹੁਤ ਮਿਹਰਬਾਨੀ ਔਰ ਪਲੇਜਰ ਇਜ਼ ਮਾਈਨ ਅਤੇ ਦੂਸਰੇ ਸਾਡੇ ਕੋਲ ਗੈਸਟ ਹੈਗੇ ਨੇ ਰਵਿੰਦਰ ਦੇਵਗਨ ਇਹ ਵੀ ਮਤਲਬ ਜਿਹੜੀ ਬ੍ਰੌਡਕਾਸਟਿੰਗ ਦੀ ਦੁਨੀਆ ਇਹਦੇ ਨਾਲ ਬਹੁਤ ਫੈਮਿਲੀਅਰ ਹੈਗੇ ਨੇ ਪਹਿਲਾਂ ਮੇਰੇ ਕੋਲੀਗ ਵੀ ਰਹੇ ਨੇ ਬਰੀਫਲੀ ਇੱਕ ਹੋਰ ਟੈਲੀਵਿਜ਼ਨ ਸਟੇਸ਼ਨ 'ਤੇ ਰੇਡੀਓ 'ਤੇ ਵੀ ਕੰਮ ਕਰ ਚੁੱਕੇ ਨੇ ਇਹਨਾਂ ਨੂੰ ਬੜਾ ਤਜਰਬਾ ਇਸ ਲਾਈਨ ਦਾ ਵੀ ਹੈ ਔਰ ਇਹਦੇ ਨਾਲ ਨਾਲ ਦਿਲਚਸਪ ਗੱਲ ਇਹ ਹੈਗੀ ਹੈ ਕਿ ਇਹ ਜਿਹੜੀ ਖੂਬਸੂਰਤ ਇਹਨਾਂ ਨੇ ਪਗੜੀ ਬੰਨ੍ਹੀ ਹੋਈ ਹੈ ਪੱਗ ਬੰਨ੍ਹੀ ਹੋਈ ਹੈ ਇਹ ਪੱਗ ਬੰਨ੍ਹਣਾ ਵੀ ਸਿਖਾਉਂਦੇ ਨੇ ਜਿਹੜੇ ਲੋਕ ਮਤਲਬ ਸ਼ੌਕ ਰੱਖਦੇ ਆ ਪੱਗ ਬੰਨ੍ਹਣ ਦਾ ਮੈਂ ਵੀ ਇਹਨਾਂ ਨੂੰ ਕਿਹਾ ਵੀ ਮੈਨੂੰ ਵੀ ਜ਼ਰੂਰ ਇਹ ਸਿਖਾਇਓ ਕਿਉਂਕਿ ਮੈਂ ਭੁੱਲ ਗਿਆ ਇੰਨੇ ਸਾਲਾਂ ਬਾਅਦ ਪਹਿਲਾਂ ਵੀ ਮੈਂ ਪੱਗ ਬੰਨ੍ਹਦਾ ਹੁੰਦਾ ਸੀ ਬੜੀ ਵਧੀਆ ਪੱਗ ਬੰਨ੍ਹਦੇ ਸੀ ਪਤਾ ਨਹੀਂ ਇਹ ਦੱਸ ਸਕਦੇ ਵਧੀਆ ਸੀ ਕਿ ਨਹੀਂ ਅਤੇ ਇਹਨਾਂ ਦਾ ਇਹਨਾਂ ਨੇ ਬੀ ਏ ਕੀਤੀ ਗੁਰੂ ਨਾਨਕ ਕੋਲਜ ਨਕੋਦਰ ਤੋਂ ਫਿਰ ਐੱਮ ਏ ਕੀਤੀ ਪੰਜਾਬੀ ਦੀ ਫਰੋਮ ਖਾਲਸਾ ਕੋਲਜ ਜਲੰਧਰ ਤੋਂ ਐਂਡ ਪੋਸਟ ਗ੍ਰੈਜੂਏਟ ਡਿਪਲੋਮਾ ਕੀਤਾ ਇਹਨਾਂ ਨੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਫਰੋਮ ਆਈ ਜੀ ਐੱਨ ਓ ਯੂ ਮੇਰਾ ਪੀ ਜੀ ਡੀ ਜੀ ਪੋਸਟ ਗ੍ਰੈਜੂਏਟ ਡਿਪਲੋਮਾ ਜੋ ਜਿਹੜਾ ਸੀ ਇਹ ਇਗਨੋ ਯੂਨੀਵਰਸਿਟੀ ਦਾ ਸੀ ਅਤੇ ਜਿਹੜੀ ਮੇਰੀ ਮਾਸ ਕਮਿਊਨੀਕੇਸ਼ਨ ਦੇ ਵਿੱਚ ਐੱਮ ਏ ਸੀ ਉਹ ਮੈਂ ਕੁਰਕਸ਼ੇਤਰ ਯੂਨੀਵਰਸਿਟੀ ਤੋਂ ਕੀਤੀ ਹੈ ਅਤੇ ਤੁਸੀਂ ਐੱਮ ਏ ਵੀ ਕੀਤੀ ਹੈ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੀ ਐਂਡ ਯੂ ਪਾਰਟੀਸਪੇਟਡ ਇਨ ਕਲਚਰਸ ਐਂਡ ਸਪੋਰਟਸ ਐਕਟੀਵਿਟੀਜ਼ ਔਰ ਭੰਗੜਾ ਜਿਹੜਾ ਪੰਜਾਬੀਆਂ ਦੇ ਵਿੱਚ ਇਹਦੀ ਤਾਂ ਰੀਸ ਹੀ ਕੋਈ ਨਹੀਂ ਹੈ ਨਾ ਅੱਜ ਕੱਲ੍ਹ ਤਾਂ ਬਹੁਤ ਯੂਨੀਵਰਸਲ ਹੋਏ ਆ ਔਰ ਫਿਰ ਤੁਸੀਂ ਇਹਦੇ ਨਾਲ ਨਾਲ ਤੁਸੀਂ ਗਿੱਧਾ ਔਰ ਪੋਇਟਰੀ ਸੰਪੋਜ਼ੀਅਮ ਵਿੱਚ ਵੀ ਹਿੱਸਾ ਲੈਂਦੇ ਹੋ ਟਰਬਨ ਟਾਈਂਗ ਜਿਹੜੀ ਕੰਪੀਟੀਸ਼ਨ ਆ ਉਹ 'ਚ ਵੀ ਹਿੱਸਾ ਲੈਂਦੇ ਰਹੇ ਹੋ ਸਿਖਾਉਂਦੇ ਵੀ ਹੋ ਤੁਸੀਂ ਐੱਨ ਸੀ ਸੀ ਅਤੇ ਵਾਲੀਬਾਲ ਅਤੇ ਅਥਲੈਟਿਕਸ ਦੇ ਵਿੱਚ ਤੁਹਾਡਾ ਮਤਲਬ ਕਾਫੀ ਯੋਗਦਾਨ ਔਰ ਤੁਹਾਨੂੰ ਸ਼ੌਕ ਹੈ ਇਸ ਚੀਜ਼ ਦਾ ਐਂਡ ਯੂ ਵਰ ਫਾਰਮਰ ਨਿਊਜ਼ ਪ੍ਰਜੈਂਟਰ ਔਨ ਅਨਦਰ ਟੈਲੀਵਿਜ਼ਨ ਮਤਲਬ ਇਨ ਇੰਡੀਆ ਦੂਰਦਰਸ਼ਨ ਕੇਂਦਰ ਆ ਜਿਹੜਾ ਹੈਗਾ ਐਂਡ ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਅਤੇ ਫਿਰ ਤੁਸੀਂ ਇੱਥੇ ਵੀ ਤੁਸੀਂ ਬ੍ਰੌਡਕਾਸਟਿੰਗ ਕੀਤੀ ਹੈ ਅਤੇ ਲੈਟ ਮੀ ਵੈਲਕਮ ਯੂ ਇਨ ਦਾ ਸਟੂਡੀਓ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਮੇਰੇ ਅਜ਼ੀਜ਼ ਹੋ ਤੁਸੀਂ ਅਤੇ ਮੈਨੂੰ ਹਮੇਸ਼ਾ ਹੁੰਦਾ ਕਿ ਜਿਹੜੇ ਯੰਗ ਲੋਕ ਹੈਗੇ ਨੇ ਅਸੀਂ ਤਾਂ ਹੁਣ ਸਾਡੀ ਫੇਡਿੰਗ ਆਊਟ ਕਮਿਊਨਿਟੀ ਹੋ ਗਈ ਨਾ ਸਾਡੇ ਵੱਲ ਕੇ ਸਦਾ ਬਹਾਰ ਉਪਰ ਕੀ ਕਰੀਓ ਉਹ ਹਿੰਸਾ ਜਿਹੜਾ ਅੰਦਰ ਨੂੰ ਫਸਿਆ ਉਹ ਤਾਂ ਇੱਕ ਨੰਬਰ ਆ ਜਸਟ ਨੰਬਰ ਐਨੀਵੇ ਬਹੁਤ ਚੰਗਾ ਲੱਗਾ ਤੁਸੀਂ ਦੋਵੇਂ ਆਏ ਹੋ ਪਹਿਲਾਂ ਬਿੱਟੂ ਜੀ ਤੁਹਾਡੇ ਵੱਲ ਅਸੀਂ ਆਨੇ ਆ ਤੁਸੀਂ ਲੁਧਿਆਣੇ ਸਾਡੇ ਸ਼ਹਿਰ ਦੇ ਹੋ ਇੱਕ ਤਾਂ ਮੈਨੂੰ ਇਹ ਬੜੀ ਖੁਸ਼ੀ ਹੁੰਦੀ ਹੈ ਅਤੇ ਜਿੱਥੇ ਤੁਸੀਂ ਰਹਿੰਦੇ ਹੋ ਸਾਡੇ ਉਹ ਦੂਸਰੀ ਤਰਫ ਹੈ ਉਹ ਏਰੀਆ ਜਿਹੜਾ ਹੈਗਾ ਜਿੱਧਰ ਅਸੀਂ ਉਹ ਦੂਸਰੀ ਤਰਫ ਹੈ ਪਰ ਲੁਧਿਆਣਾ ਇੱਕ ਹੈ ਹਾਂਜੀ ਲੁਧਿਆਣਾ ਜਿਹੜਾ ਹੈਗਾ ਆਪਣੇ ਆਪ 'ਚ ਬੜਾ ਇੱਕ ਦਿਲਚਸਪ ਸ਼ਹਿਰ ਹੈ ਬਿਲਕੁਲ ਜੀ ਔਰ ਉੱਥੋਂ ਦੀਆਂ ਮਤਲਬ ਕਾਲਜ ਹੁਣ ਤਾਂ ਯੂਨੀਵਰਸਿਟੀ ਵੀ ਉੱਥੇ ਬਣ ਗਈ ਮੇਰੇ ਵੇਲਿਆਂ 'ਚ ਨਹੀਂ ਸੀ ਯੂਨੀਵਰਸਿਟੀ ਪਹਿਲਾਂ ਵੀ ਸੀਗੀ ਉੱਥੇ ਪੰਜਾਬ ਪੀ ਆਈ ਜੀ ਬਹੁਤ ਪੁਰਾਣੀ ਹੈ ਪੰਜਾਬ ਯੂਨੀਵਰਸਿਟੀ ਜੇ ਮੈਂ ਕਹਿ ਦਵਾਂ ਉਹਨਾਂ ਨੂੰ ਵੀ ਮੈਂ ਪੁਰਾਣਾ ਤਾਂ ਫੇਰ ਸਾਡੇ ਵੇਲੇ 'ਚ ਯੂਨੀਵਰਸਿਟੀ ਨਹੀਂ ਸੀ ਹੁੰਦੀ ਸਾਡੇ ਜਿਹੜੇ ਇਗਜ਼ਾਮ ਹੁੰਦੇ ਸੀ 57 ਦੀ ਗੱਲ ਕਰ ਰਿਹਾ ਮੈਂ ਉਸ ਵੇਲੇ ਸਾਡੇ ਜਿਹੜੇ ਇਗਜ਼ਾਮ ਹੁੰਦੇ ਸੀ ਉਹ ਪੰਜਾਬ ਯੂਨੀਵਰਸਿਟੀ ਰਾਹੀਂ ਹੁੰਦੇ ਸੀ ਕਹਿਣ ਦਾ ਭਾਵ ਇਹ ਹੈ ਕਿ ਕਿਹੜਾ ਜਿਹੜਾ ਲੁਧਿਆਣਾ ਆ ਇਟ ਇਜ਼ ਫੇਮਸ ਫਾਰ ਹੌਜ਼ਰੀ ਫੈਕਟਰੀਜ਼ ਹਾਂਜੀ ਔਰ ਸਾਈਕਲ ਇੰਡਸਟਰੀ ਔਰ ਸਾਡੀ ਵੀ ਹੌਜ਼ਰੀ ਫੈਕਟਰੀ ਹੈ ਉੱਥੇ ਔਰ ਮੇਰੇ ਦੋ ਬ੍ਰਦਰ ਉੱਥੇ ਹੈਗੇ ਨੇ ਤਾਂ ਤੁਸੀਂ ਫੈਮਿਲੀਅਰ ਇਸ ਚੀਜ਼ ਦੇ ਸਾਰੇ ਔਰ ਇਹਦੇ ਨਾਲ ਨਾਲ ਸਾਡੇ ਵੇਲਿਆਂ ਦੇ ਵਿੱਚ ਮੈਂ ਤਾਂ ਕਹਿ ਸਕਦਾ ਉਹ ਕਿ
ਉਸ ਵੇਲੇ ਜਿਹੜੇ ਸਿਨੇਮਾ ਸੀਗੇ ਨੇ ਬੜੇ ਪਾਪੂਲਰ ਹੁੰਦੇ ਸੀ, ਮੈਨੂੰ ਪਤਾ ਲੱਗਾ ਕਿ ਹੁਣ ਫੇਰ ਵੀ ਫੇਰ ਪਾਪੂਲਰ ਹੋਣ ਲੱਗ ਪਏ, ਇੱਕ ਡਿਫਰੈਂਟ ਤਰੀਕੇ ਨਾਲ ਪਾਪੂਲਰ, ਡਿਫਰੈਂਟ ਤਰੀਕੇ ਨਾਲ ਹੁੰਦੇ ਆ, ਉਹ ਕੰਪਲੈਕਸ ਬਣ ਗਏ ਨਾ ਉਹਦੇ ਜਿਹੜੇ ਸਿਨੇਮਾ ਕੰਪਲੈਕਸ ਬਣ ਗਏ। ਪਹਿਲਾਂ ਸਿਨੇਮਾ ਬੜੀ ਇੰਪੋਰਟੈਂਟ ਚੀਜ਼ ਹੁੰਦਾ ਸੀ, ਮਤਲਬ ਕਿ ਉਹ ਇੱਕ ਆਈਕਨ ਹੁੰਦਾ ਸ਼ਹਿਰ ਲਈ, ਔਰ ਜਿਹੜੇ ਬੰਦੇ ਸਿਨੇਮੇ 'ਚ ਕੰਮ ਕਰਦੇ ਹੁੰਦੇ ਸੀ ਬੜੇ ਇੰਪੋਰਟੈਂਟ ਹੁੰਦੇ ਸੀ, ਸਿਨੇਮੇ ਦੇ ਮੈਨੇਜਰ ਦੀ MLA ਜਾਂ MP ਜਿੰਨੀ ਬੁੱਕਤ ਹੁੰਦੀ ਸੀ, ਬਿਲਕੁਲ, ਕਿਉਂਕਿ ਉਸ ਜ਼ਮਾਨੇ ਦੇ ਵਿੱਚ ਜਿਹੜੀਆਂ ਸਿਨੇਮੇ ਦੀਆਂ ਟਿਕਟਾਂ ਲੈਣੀਆਂ ਇੱਕ ਬੜਾ ਵੱਡਾ ਮਸਲਾ ਹੁੰਦਾ ਸੀ, ਲੋਕਾਂ ਦੀਆਂ ਬਨੈਣਾ ਫਟ ਜਾਂਦੀਆਂ ਸੀ ਟਿਕਟਾਂ ਲੈਂਦੇ ਦੀਆਂ, ਸਵੇਰੇ ਆ ਕੇ ਲਾਈਨਾਂ 'ਚ ਖੜ ਜਾਂਦੇ ਸੀ, ਈਵਨ ਕਿ ਕਈ ਵਾਰ ਫਿਲਮਾਂ ਇਹੋ ਜਿਹੀਆਂ ਫਿਲਮਾਂ ਵੀ ਆਈਆਂ ਜਿਨ੍ਹਾਂ ਦੇ ਲੋਕੀ 200-200 ਰੁਪਏ ਦਿਹਾੜੀ 'ਤੇ ਦੇ ਕੇ ਉਹ ਬੰਦੇ ਖੜਾਉਂਦੇ ਸੀ ਟਿਕਟਾਂ। ਉਸ ਵੇਲੇ ਸਿਨੇਮਾ ਸਗੋਂ ਹੋਰ ਵੀ ਬੜਾ ਪਾਪੂਲਰ ਹੁੰਦਾ ਸੀ, ਕੋਈ ਸਾਧਨ ਐਂਟਰਟੇਨਮੈਂਟ ਹੁੰਦੇ ਨਹੀਂ ਸੀ। ਮੈਨੂੰ ਯਾਦ ਆ ਕਿ ਜੇ ਟਿਕਟਾਂ ਦੀ ਤੁਸੀਂ ਗੱਲ ਕੀਤੇ ਹੋ, ਮੇਰੇ ਬੜੇ ਪਿਆਰੇ ਦੋਸਤ ਬੜੇ ਤਕੜੇ ਗੀਤਕਾਰ ਇੰਦਰਜੀਤ ਹਸਨ, ਅਤੇ ਉਹਦਾ ਖੋਖਾ ਹੁੰਦਾ ਸੀ, ਉਹ ਖੋਖਾ ਕਹਿੰਦੇ ਹੁੰਦੇ ਨੂੰ, ਉਹ ਖੋਖਾ ਸੀਗਾ ਪੇਂਟਿੰਗ ਦਾ, ਅਤੇ ਉਹ ਜਿਹੜੀ ਨਾ ਮੀਲ ਪੱਥਰ ਹੁੰਦੇ ਆ ਉਹ ਵੀ ਪੇਂਟ ਕਰਨ ਜਾਂਦਾ ਹੁੰਦਾ ਸੀ ਲੁਧਿਆਣੇ ਦੇ ਆਲੇ ਦੁਆਲੇ ਜੀ, ਅਤੇ ਉਹ ਖੋਖੇ ਦੇ ਵਿੱਚ ਸਾਡੀਆਂ ਅਸੀਂ ਜਾਂਦੇ ਸੀ, ਸ਼ੁਗਲ ਕਰਦੇ ਸੀ ਕਾਲਜ ਤੋਂ ਅਸੀਂ ਆ ਜਾਣਾ ਅਤੇ ਉਹਦੇ ਖੋਖੇ ਜਾ ਕੇ ਚੱਜਣਾ ਚਾਹ ਚੂਹ ਪੀਣ ਵਾਸਤੇ, ਅਤੇ ਉਹਦਾ ਖੋਖਾ ਹੁੰਦਾ ਸੀਗਾ ਰਿਖੀ ਸਿਰਮੇ ਦੇ ਕੋਲ, ਠੀਕ, ਉਹਦੇ ਸਾਹਮਣੇ ਸਿਨੇਮੇ ਦਾ ਨਾਂ ਸ਼ਾਇਦ ਸਤਲੁਜ ਆ, ਮੈਨੂੰ ਯਾਦ ਨਹੀਂ ਆ, ਨਹੀਂ ਨਹੀਂ ਸਤਲੁਜ ਨਹੀਂਗਾ, ਉਹ ਉਹ ਸਾਹਮਣੇ ਜਿਹੜਾ ਰਿਖੀ ਦੇ ਸਾਹਮਣੇ 9 ਲੱਖਾਂ ਸਿਨੇਮਾ, ਅਤੇ ਅੱਛਾ ਉਹ ਸਿਨੇਮੇ ਦੇ ਕੋਲ ਹੁੰਦਾ ਸੀ ਔਰ ਸਾਰਿਆਂ ਨੂੰ ਮੈਨੇਜਰਾਂ ਨੂੰ ਜਾਣਦਾ ਹੁੰਦਾ ਸੀ, ਇਸ ਕਰਕੇ ਅਸੀਂ ਕਹਿੰਦੇ ਯਾਰ ਟਿਕਟਾਂ ਲੈ ਲਈ 2-4, ਯੂ ਆਰ ਰਾਈਟ ਐਬਸੋਲਿਊਟਲੀ ਕਿ ਉਸ ਵੇਲੇ ਦੌਰ ਹੋਰ ਕਿਸਮ ਹੁੰਦੇ ਸੀ, ਫਿਰ ਰਾਤ ਨੂੰ ਜਦੋਂ ਫਿਲਮ ਦੇਖਣੀ ਫਿਰ ਆਉਣਾ, ਫਿਰ ਰਾਤ ਉਹ ਪਾਨ ਖਾਂਦੇ ਹੁੰਦੇ ਸੀ, ਸਾਡੇ ਲੁਧਿਆਣੇ ਦਾ ਬੜਾ ਮਸ਼ਹੂਰ ਪਾਨ ਵਿਕਰੇਤਾ ਹੁੰਦਾ ਸੀ, ਹੁਣ ਪਤਾ ਨਹੀਂ ਹੈ ਕਿ ਨਹੀਂ, ਉਹਦਾ ਨਾਂ ਸੀਗਾ ਗੜਬੜ ਪਾਨ, ਉਹਦਾ ਨਾਂ ਹੀ ਗੜਬੜ ਪਾਨ ਸੀ। ਐਨੀਵੇ ਲੁਧਿਆਣੇ ਦਾ ਘੰਟਾ ਘਰ, ਲੁਧਿਆਣੇ ਦੇ ਲੋਕ, ਸਾਰਾ ਕੁਛ ਬੜੀ ਮਤਲਬ ਇੱਕ ਉਹ ਸ਼ਹਿਰ ਜਿਹੜਾ ਉਹ ਵਰਸਟਾਈਲ ਸ਼ਹਿਰ ਹੈ ਔਰ ਵਾਈਬ੍ਰੇਟਿੰਗ ਸ਼ਹਿਰ ਹੈ ਜਿੱਦਾਂ ਕਹਿੰਦੇ ਹੁੰਦੇ ਆ। ਅੱਛਾ ਤੁਸੀਂ ਉੱਥੋਂ ਆਏ, ਫਿਰ ਤੁਸੀਂ ਹੋਂਗਕੋਂਗ ਗਏ, ਆਮ ਨੋਟ ਗੋਇੰਗ ਟੂ ਆਸਕ ਯੂ ਕਿਉਂ ਗਏ, ਕਿੱਦਾਂ ਗਏ, ਹੈ ਨਾ, ਇਹ ਨਹੀਂ ਮੈਂ ਪੁੱਛਣ ਲੱਗਾ ਤੁਹਾਨੂੰ, ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਕਿ ਹੋਂਗਕੋਂਗ ਬਾਰੇ, ਈਵਨ ਜਿਹੜੇ ਲੋਕ ਇੱਥੇ ਵੀ ਰਹਿੰਦੇ ਉਹ ਵੀ ਬੜਾ ਘੱਟ ਜਾਣਦੇ, ਬਹੁਤ ਥੋੜ੍ਹੇ ਲੋਕ ਹੋਂਗਕੋਂਗ ਗਏ ਹੋਣਗੇ, ਜੇ ਤੁਸੀਂ ਜਾਓ ਵੀ ਤਾਂ 2 ਹਫ਼ਤੇ ਵਿੱਚ ਪਤਾ ਨਹੀਂ ਲੱਗਦਾ ਸ਼ਹਿਰ ਦਾ, ਅਤੇ ਉੱਥੋਂ ਦੀ ਜਿਹੜੀ ਸੁਸਾਇਟੀ ਹੈ ਉਹ ਕਿਹੋ ਜਿਹੀ ਹੈ? ਹੋਂਗਕੋਂਗ ਦੇ ਵਿੱਚ ਬੇਸਿਕਲੀ ਜਿਹੜੇ ਪੰਜਾਬੀ ਨੇ ਉਹ ਮੈਜੋਰਿਟੀ, ਜਿਹੜੇ ਸ਼ੁਰੂਆਤੀ ਪੰਜਾਬੀ ਨੇ ਉਹ ਚਾਈਨਾ ਤੋਂ ਆਏ ਹੋਏ ਨੇ, ਜਿਹੜੇ ਪੰਜਾਬੀ ਉੱਥੇ ਸ਼ੰਘਾਈ ਤੋਂ, ਕਿ ਸ਼ੰਘਾਈ ਦੇ ਵਿੱਚ ਪਹਿਲਾਂ ਪੰਜਾਬੀ ਸ਼ੰਘਾਈ ਦੇ ਵਿੱਚ ਰਹਿੰਦੇ ਸੀ, ਉਹ ਪੰਜਾਬੀਆਂ ਨੇ ਉੱਥੇ ਕਾਫ਼ੀ ਜਾਣੀ ਕਿ ਬਹੁਤ ਵਧੀਆ ਉਹਨਾਂ ਦੀਆਂ ਡਾਇਰੀਆਂ ਹੁੰਦੀਆਂ ਸੀ, ਦੁੱਧ ਦੀਆਂ ਡਾਇਰੀਆਂ, ਉਹਨਾਂ ਨੇ ਬਹੁਤ ਪੈਸੇ ਕਮਾਏ, ਔਰ ਉਸ ਜ਼ਮਾਨੇ 'ਚ ਕਹਿੰਦੇ ਹੁੰਦੇ ਸੀ ਕਿ ਉਹ ਚਾਦਰ ਵਿਛਾ ਕੇ ਨਾ ਮੰਜੇ ਦੇ ਥੱਲੇ ਪੈਸੇ ਰੱਖੇ ਹੁੰਦੇ ਸੀ, ਅਤੇ ਉੱਥੇ ਚਾਈਨਾ ਦੇ ਵਿੱਚ ਇੱਕ ਵਾਰ ਜਪਾਨ ਦਾ ਕਬਜ਼ਾ ਹੋਇਆ, ਇੱਕ ਵਾਰ ਕਾਮਰੇਡਾਂ ਦਾ ਕਬਜ਼ਾ ਹੋਇਆ, ਉਹ 2-3 ਵਾਰੀ ਕਰੰਸੀ ਚੇਂਜ ਹੋਈ, ਉਹ ਕਰੰਸੀ ਚੇਂਜ ਹੋਣ ਦੇ ਚੱਕਰ ਦੇ ਵਿੱਚ ਉਹਨਾਂ ਦੇ ਜਿਹੜੇ ਸੀ ਸਾਰੇ ਪੈਸੇ ਮਿੱਟੀ ਹੋ ਗਏ, ਯਾਨੀ ਉਹ ਕਾਫ਼ੀ ਇਸ ਤਰ੍ਹਾਂ ਉੱਤੇ ਥੱਲੇ ਹੋਇਆ। ਤਾਂ ਇੱਕ ਸਮਾਂ ਐਸਾ ਵੀ ਆਇਆ ਵੀ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਵੀ ਜਿਹੜੇ ਕੱਪੜੇ ਤੁਹਾਡੇ ਕੋਲ ਹੈਗੇ ਆ ਉਹ ਪਾ ਕੇ ਤੁਸੀਂ ਜਹਾਜ਼ੇ ਚੜ੍ਹ ਜਾਓ ਜੇ ਬਚਣਾ ਵਾ, ਤਾਂ ਉਸ ਸਮੇਂ ਦੌਰਾਨ ਕੁਛ ਲੋਕ ਪੰਜਾਬ ਚਲੇ ਗਏ ਵਾਪਸ, ਕੁਛ ਲੋਕ ਹੋਂਗਕੋਂਗ ਆ ਗਏ, ਕੁਛ ਲੋਕ ਸਿੰਗਾਪੁਰ ਚਲੇ ਗਏ। ਜਿਹੜੇ ਲੋਕ ਹੋਂਗਕੋਂਗ ਆ ਗਏ, ਹੋਂਗਕੋਂਗ ਦੀ ਸੁਸਾਇਟੀ ਜਿਹੜੀ ਸੀਗੀ, ਹੋਂਗਕੋਂਗ 'ਚ ਜਿਹੜੇ ਲੋਕ ਰਹਿੰਦੇ ਸੀ ਉੱਥੇ ਪੰਜਾਬੀ ਜਿਨ੍ਹਾਂ ਨੇ ਜ਼ਿਆਦਾ ਰਹੇ ਨੇ, ਉਹਨਾਂ ਦਾ ਇੱਕ ਸੀ ਕਿ ਉਹ ਜ਼ਿਆਦਾ ਹੀ ਸੋਚਦੇ ਸੀ ਕਿ ਜਿਹੜਾ ਮੇਨ ਆ ਉਹਨਾਂ ਦਾ ਬੈਕ ਹੋਮ ਪੰਜਾਬ ਹੀ ਆ, ਇੱਥੇ ਤਾਂ ਸਿਰਫ ਕੰਮ ਕਰਨ ਆਏ ਨੇ ਉਹ, ਇਸ ਕਰਕੇ ਉਹਨਾਂ ਨੇ ਉੱਥੇ ਬਹੁਤੇ ਘਰ ਨਹੀਂ ਲਏ, ਇੱਥੇ ਵਾਂਗੂ ਘਰ ਨਹੀਂ ਹੈਗੇ ਉੱਥੇ ਲੋਕਾਂ ਕੋਲ ਆਪਣੇ ਘਰ ਨਹੀਂ ਲਏ। ਵੈਸੇ ਵੀ ਤਾਂ ਹੋਂਗਕੋਂਗ ਜਿਹੜਾ ਇੱਕ ਜਜ਼ੀਰਾ ਹੀ ਆ ਨਾ, ਇੱਕ ਟਾਪੂ ਆ, ਉਹ ਆਈਲੈਂਡ ਹੋਣ ਕਰਕੇ ਇੱਥੇ ਜਸਟ ਲਾਈਕ ਸਿੰਗਾਪੁਰ, ਕਿ ਉਹਨਾਂ ਕੋਲ ਲੈਂਡ ਦੀ ਬਹੁਤ ਕਮੀ ਹੈ, ਲੈਂਡ ਦੀ ਬਹੁਤ ਕਮੀ, ਦੈਟ ਵੀ ਕੈਨ ਅੰਡਰਸਟੈਂਡ, ਹੁਣ ਮੈਂ ਉੱਥੇ ਵੀ ਜਾਇਆ ਸਿੰਗਾਪੁਰ ਵਗੈਰਾ, ਹਾਂਜੀ ਉੱਥੇ ਵੀ ਲੋਕ ਜਿਹੜੇ ਉਹ ਫਲੈਟਾਂ 'ਚ ਰਹਿੰਦੇ ਆ ਜਿਹਨੂੰ ਅਪਾਰਟਮੈਂਟ ਕਹਿੰਦੇ ਆ, ਉੱਥੇ ਕਹਿੰਦੇ ਨੇ ਕਿ ਜਿੰਨੀ ਉੱਥੇ ਆਬਾਦੀ ਹੈ ਨਾ, ਜੇ ਸਾਰੇ ਜਾਣੇ ਇੱਕੋ ਸਮੇਂ ਥੱਲੇ ਆ ਜਾਣ ਤਾਂ ਅੱਧੇ ਬੰਦੇ ਸਮੁੰਦਰ ਸਿੱਟਣੇ ਪੈਣਗੇ, ਇੰਨੀ ਜਗ੍ਹਾ ਨਹੀਂ ਹੈ। ਆਈ ਨੋ ਦੇਰ ਇਜ਼ ਨੋ ਲੈਂਡ। ਅੱਛਾ ਉੱਥੇ ਦੀ ਫਿਰ ਜਿਹੜੀ ਪੰਜਾਬੀ ਜਿਹੜੀ ਅਸਟੈਬਲਿਸ਼ਡ ਲੋਕ ਨਹੀਂ ਸੀ ਉੱਥੇ, ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਉਹ ਇੱਦਾਂ ਸੋਚਦੇ ਸੀ ਕਿ ਅਸੀਂ ਥੋੜ੍ਹੇ ਚਿਰ ਰਵਾਂਗੇ ਦੈਨ ਵੀ ਵਿਲ ਗੋ ਬੈਕ। ਹੈਵਿੰਗ ਸੈਡ ਦੈਟ, ਦੈਟ ਇਜ਼ ਐਗਜੈਕਟਲੀ ਵਟ ਵੀ ਥੋਟ ਵੈਨ ਵੀ ਕੇਮ ਟੂ ਦਿਸ ਕੰਟਰੀ 60s ਦੇ ਵਿੱਚ ਜਦੋਂ ਅਸੀਂ ਆਏ, ਅਸੀਂ ਵੀ ਇਹੀ ਸੋਚਦੇ ਸੀ ਵੀ ਥੋੜ੍ਹੇ ਇੰਨੇ ਕੁ ਪੈਸੇ ਹੋ ਜਾਣ ਜਾਵਾਂ ਫਿਰ ਅਸੀਂ ਵਾਪਸ ਚਲ ਜਾਈਏ, ਪਰ ਇੱਥੋਂ ਕੋਈ ਵਾਪਸ ਜਾਂਦਾ ਨਹੀਂ ਹੈ। ਇਸੇ ਤਰ੍ਹਾਂ ਸਿੰਗਾਪੁਰ ਦੇ ਵਿੱਚ ਵੀ ਪਤਾ ਨਹੀਂ ਕਿੰਨੇ ਕਿੰਨੇ ਸਾਲ ਉੱਥੇ ਰਹਿ ਜਾਂਦੇ, ਸਿੰਗਾਪੁਰ ਨਹੀਂ ਸੋਰੀ ਹੋਂਗਕੋਂਗ। ਇਹ ਪੰਜਾਬੀਆਂ ਦੀ ਤਰਾਸਦੀ ਹੈ ਕਿ ਆਪਾਂ ਪੰਜਾਬੀ ਲੋਕ ਜਿਹੜੇ ਜਿੰਨੇ ਤਾਂ ਪੰਜਾਬ 'ਚ ਬੈਠੇ ਹਾਂ ਉਹ ਆਪਾਂ ਬਾਹਰ ਜਾਣ ਨੂੰ ਤਰਸਦੇ ਹਾਂ, ਉਹ ਆਪਾਂ ਜਦੋਂ ਆਪਾਂ ਪੰਜਾਬ ਜਾਂਦੇ ਹਾਂ ਆਮ ਤੌਰ 'ਤੇ ਜਿਹੜੇ ਰਿਸ਼ਤੇਦਾਰ ਨੇ ਦੋਸਤ ਮਿੱਤਰ ਸੱਜਣ ਨੇ ਉਹ ਸਾਰੇ ਕਹਿੰਦੇ ਸਾਡੇ ਮੁੰਡੇ ਨੂੰ ਸਾਡੀ ਕੁੜੀ ਨੂੰ ਕਿਸੇ ਨਾ ਕਿਸੇ ਤਰੀਕੇ ਬਾਹਰ ਕੱਢ, ਔਰ ਜਦੋਂ ਅਸੀਂ ਬਾਹਰ ਆ ਜਾਂਦੇ ਹਾਂ ਫਿਰ ਅਸੀਂ ਪੰਜਾਬ ਨੂੰ ਤਰਸੀ ਜਾਂਦੇ ਹਾਂ। ਡੂ ਵੀ? ਹਾਂਜੀ ਬਿਲਕੁਲ ਬਿਲਕੁਲ, ਆਈ ਡਾਊਟ ਇਟ। ਨਹੀਂ ਬਿਲਕੁਲ ਤਰਸਦੇ ਹਾਂ, ਮਤਲਬ ਸਾਰੇ ਲੋਕ ਇਹ ਕਹਿੰਦੇ ਨੇ ਕਿ ਅਸੀਂ ਪੰਜਾਬ ਜਾਣਾ ਚਾਹੁੰਦੇ, ਜਾਂਦੇ ਭਾਵੇਂ ਨਹੀਂ, ਜਾਂਦੇ ਭਾਵੇਂ ਨਹੀਂ, ਜਾਣਾ ਜਾਂ ਨਾ ਜਾਣਾ ਵੱਖਰੀ ਗੱਲ, ਲੇਕਿਨ ਮਿਸ ਕਰਦੇ ਆ, ਭੁੱਲ ਇਹ ਨਹੀਂ, ਮਿਸ ਕਰਨ ਦੀ ਹੋਰ ਗੱਲ
ਪੜ੍ਹੇ ਲਿਖੇ ਨੂੰ ਨੌਕਰੀ ਦੇ ਦੇ। ਆਈ ਐਗਰੀ ਵਿਦ ਯੂ, ਆਈ ਐਗਰੀ ਵਿਦ ਯੂ। ਗਵਰਨਮੈਂਟ ਸਿਸਟਮ ਆ ਨਾ ਜਿਹੜਾ ਉਹ ਤੰਗ ਕਰਦਾ, ਜਿਹੜੇ ਲੋਕ ਦੌੜਦੇ ਨੇ ਉੱਥੋਂ ਉਹ ਸਿਸਟਮ ਤੋਂ ਦੌੜਦੇ, ਸਿਸਟਮ ਤੋਂ ਦੌੜਦਾ ਬੰਦਾ। ਅੱਛਾ, ਤਾਂ ਆਪਣਾ ਘਰ ਛੱਡ ਕੇ ਜਾਣ ਦਾ ਕੀ ਜੀਤਾ? ਹਾਂ, ਇਹ ਤਾਂ ਗੱਲ ਹੈ। ਤੇ ਜਦੋਂ ਤੁਹਾਡੇ ਨਾਲ ਆਪਾਂ ਗੱਲ ਕਰਦੇ ਹਾਂ ਕਿ ਆਹ ਜਿਹੜੇ ਤੁਹਾਡੇ ਸ਼ੌਕ ਹੈ ਉਹ ਵਧੀਆ ਸ਼ੌਕ ਨੇ, ਇਹ ਬਹੁਤ ਸੋਹਣੀ ਗੱਲ ਹੈ ਵੀ ਗਿੱਧਾ, ਪੋਇਟਰੀ, ਸਪੋਜ਼ੀਅਮ ਅਤੇ ਟਰਬਨ ਟਾਈਂਗ, ਐਂਜੀ ਵੋਲੀਬਾਲ ਖੇਡਣਾ, ਐਂਡ ਫਿਰ ਤੁਹਾਡਾ ਅਤੇ ਇੰਟਰਨੈਟ ਦੇ ਵਿੱਚ, ਫਿਲਮਾਂ ਦੇ ਵਿੱਚ ਤੁਹਾਨੂੰ ਸ਼ੌਕ ਹੈ, ਤੁਸੀਂ ਵੈਬਸਾਈਟਾਂ ਵੀ ਬਣਾਉਂਦੇ ਹੋ, ਜਿਹਨੂੰ ਦਿਸ ਇਸ ਇਜ਼ ਵੈਰੀ ਇੰਟਰਸਟਿੰਗ ਫੋਰ ਯੰਗ ਪੀਪਲ ਟੂ ਮੂਵ ਫੋਰਵਰਡ। ਅਤੇ ਤੁਸੀਂ ਇਸ ਮੁਲਕ ਵਿੱਚ ਕਦੋਂ ਆਏ ਸੀ? ਮੈਂ 2010 ਦੇ ਵਿੱਚ ਆ ਗਿਆ ਸੀ ਜੀ। ਤੁਸੀਂ ਕਾਫੀ ਤਾਜ਼ੇ ਹੋ, ਹੈ ਨਾ? ਅੱਛਾ, 2010 ਵਿੱਚ ਆਏ ਸੀ, ਉੱਥੇ ਤੁਸੀਂ ਦੂਰਦਰਸ਼ਨ ਦੇ ਵਿੱਚ ਤੁਸੀਂ ਕੰਮ ਕਰਦੇ ਰਹੇ, ਵਟ ਕਾਇੰਡ ਆਫ ਜੋਬ ਯੂ ਵਰ ਡੂਇੰਗ? ਮੈਂ ਦੂਰਦਰਸ਼ਨ ਦੇ ਉੱਤੇ ਨਿਊਜ਼ ਪ੍ਰੈਜ਼ੈਂਟਰ ਰਿਹਾ ਜੀ। 2007 ਦੇ ਵਿੱਚ ਮੈਂ ਆਪਦੀ ਜੋਬ ਸਟਾਰਟ ਕਰ ਦਿੱਤੀ ਸੀ ਉੱਥੇ। 2007 ਦੇ ਵਿੱਚ ਹੀ ਮੈਂ ਆਪਦੀ ਐੱਮ ਏ ਪੰਜਾਬੀ ਕੰਪਲੀਟ ਕੀਤੀ ਸੀ। ਜਿਸ ਸਾਲ ਐੱਮ ਏ ਪੰਜਾਬੀ ਕੰਪਲੀਟ ਹੋਈ ਉਸੇ ਸਾਲ ਆਡੀਸ਼ਨ ਸੀਗੇ ਦੂਰਦਰਸ਼ਨ ਚੱਲਦੇ। ਕਾਲਜ ਦੌਰਾਨ, ਸਟੱਡੀ ਦੇ ਦੌਰਾਨ ਮੈਂ ਕਾਲਜ ਦੀਆਂ ਕਲਚਰਲ ਐਕਟੀਵਿਟੀਜ਼ ਦੇ ਵਿੱਚ ਪਾਰਟੀਸਪੇਟ ਕਰਦਾ ਰਿਹਾ। ਭੰਗੜਾ ਹੋ ਗਿਆ, ਜਿੰਨੀਆਂ ਕਲਚਰ ਐਕਟੀਵਿਟੀਜ਼ ਹੁੰਦੀਆਂ, ਅਤੇ ਖਾਲਸਾ ਕਾਲਜ ਦੀ ਭੰਗੜਾ ਟੀਮ ਦੇ ਮੈਂਬਰ ਹੋਣ ਦੇ ਨਾਤੇ ਫਿਰ ਸਾਡੀਆਂ ਰਿਕਾਰਡਿੰਗਸ ਜਿਹੜੀਆਂ ਸੀ ਉਹ ਦੂਰਦਰਸ਼ਨ ਹੁੰਦੀਆਂ ਸੀ। ਸਿੰਗਰਸ ਦੇ ਨਾਲ ਮੋਸਟਲੀ ਕਾਲਜ ਦੀ ਟੀਮ ਜਾਂਦੀ ਹੁੰਦੀ ਸੀ। ਕਾਲਜ ਦੀ ਟੀਮ ਦੇ ਵਿੱਚ ਮੈਂ ਦੂਰਦਰਸ਼ਨ ਪਰਫੋਰਮ ਕਰਨ ਜਾਂਦਾ ਰਹਿੰਦਾ ਸੀ, ਅਤੇ ਉਹ ਦੂਰਦਰਸ਼ਨ ਬਾਅਦ ਵਿੱਚ ਪਤਾ ਲੱਗਾ ਕਿ ਨਿਊਜ਼ ਰੀਡਰ ਦੇ ਆਡੀਸ਼ਨਸ ਉਹਨਾਂ ਨੇ ਲੈਣੇ ਆ, ਅਤੇ ਮੈਂ ਇੱਦਾਂ ਹੀ, ਮੇਰਾ ਫਰੈਂਡ ਜੱਸੀ ਬਾਈ, ਉਹਨਾਂ ਦੇ ਨਾਲ ਅਸੀਂ ਪਰਫੋਰਮ ਕਰਨ ਗਏ ਸੀ ਉੱਥੇ। ਅਤੇ ਮੈਂ ਭਾਈ ਨੂੰ ਦੱਸਿਆ ਕਿ ਮੈਂ ਕਿਹਾ ਭਾਈ, ਉਹ ਐਕਚੁਅਲੀ ਗੱਲ ਇਸ ਤਰ੍ਹਾਂ ਹੋਈ ਕਿ ਕੁਦਰਤੀ ਜਦੋਂ ਤੁਹਾਡੀ ਕਿਸੇ ਜਗ੍ਹਾ ਐਂਟਰੀ ਹੋਣੀ ਹੁੰਦੀ ਹੈ ਨਾ, ਰੱਬ ਵੱਲੋਂ ਸਬੱਬ ਉੱਦਾਂ ਦਾ ਬਣ ਜਾਂਦਾ ਕਿ ਤੁਹਾਨੂੰ ਚਾਂਸ ਮਿਲ ਜਾਂਦਾ। ਜਦੋਂ ਅਸੀਂ ਉਸ ਦਿਨ, ਮੈਨੂੰ ਯਾਦ ਆ ਕਿ ਅਸੀਂ ਸ਼ੂਟਿੰਗ 'ਤੇ ਗਏ ਸੀ, ਅਤੇ ਉਸੇ ਦਿਨ ਪਤਾ ਲੱਗਾ ਮੈਨੂੰ ਕਿ ਇੱਥੇ ਇਹਨਾਂ ਨੂੰ ਨਿਊਜ਼ ਪ੍ਰੈਜ਼ੈਂਟਰ ਦੇ ਲਈ ਇਹਨਾਂ ਨੂੰ ਵੈਕੈਂਸੀ ਦੀ ਲੋੜ ਸੀ। ਮੈਂ ਉਹਨਾਂ ਨੂੰ ਆਪਣੀ ਐਪਲੀਕੇਸ਼ਨ ਦਿੱਤੀ, ਐਪਲੀਕੇਸ਼ਨ ਦੇ ਕੇ 6 ਮਹੀਨੇ ਵੇਟ ਕਰਦਾ ਰਿਹਾ, 6 ਮਹੀਨੇ ਦਾ ਕੋਈ ਜਵਾਬ ਨਹੀਂ ਆਇਆ। ਨਿਊਜ਼ ਰੀਡਰ ਦਾ ਮੈਂ 3 ਸਾਲ ਉੱਥੇ ਨਿਊਜ਼ ਪ੍ਰੈਜ਼ੈਂਟ ਕੀਤੀ। ਅੱਛਾ, ਤੁਸੀਂ ਇਹ ਵੀ ਕੀਤੀ ਆ, ਕਿਹਾ ਕਿ ਤੁਸੀਂ ਡਰਾਮਾ ਆਰਟਿਸਟ ਵੀ ਸੀਗੇ ਉੱਥੇ, ਨਿਊਜ਼ ਪ੍ਰੈਜ਼ੈਂਟਰ ਡਰਾਮਾ ਆਰਟਿਸਟ। ਯਾ, ਮੈਂ ਦੂਰਦਰਸ਼ਨ ਦੀ ਇੱਕ ਫਿਲਮ ਵੀ ਕੀਤੀ ਆ ਜੀ। ਅੱਛਾ, ਵੈਰੀ ਗੁੱਡ। ਮੈਂ ਨਿਊਜ਼ ਪ੍ਰੈਜ਼ੈਂਟ, ਨਿਊਜ਼ ਰੀਡਰ ਹੋਣ ਤੋਂ ਪਹਿਲਾਂ ਫਿਲਮ ਦੇ ਵਿੱਚ ਪਰਫੋਰਮ ਕੀਤਾ, ਉਹਦੇ ਵਿੱਚ ਲੀਡ ਰੋਲ ਸੀ ਮੇਰਾ। ਅੱਛਾ, ਰੂਪਧਾਰਾ ਸੀ, ਜਸਵੰਤ ਸਿੰਘ ਕਮਲ ਜੀ ਦਾ ਨਾਵਲ, ਉਹਦੇ 'ਤੇ ਅਧਾਰਤ ਬਣੀ ਸੀ। ਕਿਹੜਾ ਨਾਵਲ ਸੀ? ਰੂਪਧਾਰਾ। ਰੂਪਧਾਰਾ, ਯੈਸ। ਅਤੇ ਮੈਂ, ਕਿਉਂਕਿ ਮੈਂ ਤਾਂ ਦੇਰ ਦਾ ਇੱਥੋਂ ਆਇਆ, ਆਉਣ ਤੋਂ ਇਲਾਵਾ ਨਾ ਮੀਡੀਆ ਬਹੁਤ ਘੱਟ ਗਿਆ। ਠੀਕ ਹੈ ਜੀ। ਇਹ ਨਹੀਂ ਕਿ ਮੈਂ ਜਾਣਾ ਨਹੀਂ ਚਾਹੁੰਦਾ, ਬਟ ਇਟ ਸੋ ਹੈਪਨ ਕਿ ਮੇਰੀ ਫੈਮਿਲੀ ਬਾਕੀ ਦੀ ਇੱਧਰ ਹੈ ਅਤੇ ਉੱਧਰ ਜਿਹੜੇ ਇੱਧਰ ਬੰਦੇ ਰਹਿੰਦੇ ਇਸ ਤਰ੍ਹਾਂ ਦਾ ਹੈ। ਪਰ ਮੈਂ ਦੂਰਦਰਸ਼ਨ 'ਤੇ, ਆਈ ਥਿੰਕ ਦ ਜੀਅਰ ਵਾਜ਼ 1976 ਔਰ ਸਮਥਿੰਗ ਲਾਈਕ ਦਿਸ, ਜਦੋਂ ਮੈਂ ਦੂਰਦਰਸ਼ਨ 'ਤੇ ਮੇਰੀ ਉਹਨਾਂ ਨੇ ਇੰਟਰਵਿਊ ਕੀਤੀ ਸੀ। ਨਵਤੇਜ ਸੀਗੇ ਨਾ ਪ੍ਰੀਤੜੀ ਦੇ, ਸੰਪਾਦਕ ਹੋਇਆ ਕਰਦੇ ਸੀ, ਉਹਨਾਂ ਨੇ ਮੈਨੂੰ ਕੀਤਾ ਸੀ, ਅਤੇ ਉਸ ਵੇਲੇ ਮੈਂ ਦੇਖਿਆ ਸੀ ਉੱਥੇ, ਅਤੇ ਬੜਾ ਸੋਹਣਾ ਉਹਨਾਂ ਦਾ, ਕਿਉਂਕਿ ਨਵਾਂ ਸਿਸਟਮ ਸੀ ਉਸ ਵੇਲੇ। ਅਤੇ ਉਹ ਤੋਂ ਬਾਅਦ ਫਿਰ ਬਹੁਤ ਸਾਰੇ ਡਾਇਰੈਕਟਰ ਉੱਥੇ ਬਦਲੇ ਆ, ਮਤਲਬ ਪਹਿਲਾਂ ਕ੍ਰਿਸ਼ਨ ਕੁਮਾਰ ਰੱਤੂ ਹੁੰਦੇ ਸੀਗੇ, ਫਿਰ ਮੇਰੇ ਖਿਆਲ 'ਚ ਜਸਵੰਤ ਦੀਦ ਵੀ ਉੱਥੇ ਸੀ। ਜਸਵੰਤ ਦੀਦ, ਹਾਂਜੀ, ਉਹ ਵੀ ਰਹੇ ਆ, ਉਹ ਮੇਰੇ ਟਾਈਮ ਵੀ ਰਹੇ ਆ ਜਦੋਂ ਮੈਂ ਉੱਥੇ ਹੁੰਦਾ ਸੀ। ਇਹ ਇਜ਼ ਇਟ ਟਰੂ ਕਿ ਕੁਛ ਲੋਕ ਕਹਿੰਦੇ ਵੀ ਦੂਰਦਰਸ਼ਨ ਇਜ਼ ਨੋਟ ਦੈਟ ਪਾਪੂਲਰ ਜਿੱਦਾਂ ਪਹਿਲਾਂ ਹੁੰਦਾ ਸੀਗਾ? ਨਹੀਂ ਜੀ, ਹੁਣ ਪ੍ਰਾਈਵੇਟ ਚੈਨਲ ਜ਼ਿਆਦਾ ਹੋ ਗਿਆ ਆ, ਕਿਉਂਕਿ ਦੂਰਦਰਸ਼ਨ ਗਵਰਨਮੈਂਟ ਚੈਨਲ ਦੇ ਉੱਤੇ ਥੋੜ੍ਹੀਆਂ ਜਿਹੀਆਂ ਇਸ ਤਰ੍ਹਾਂ ਹੁੰਦਾ ਕਿ ਉਹ ਹਰੇਕ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਉਹਨਾਂ ਨੇ ਟੈਲੀਕਾਸਟ ਕਰ ਸਕਦੇ ਹੁੰਦੇ, ਉਹਨਾਂ ਦੇ ਉੱਤੇ ਰਿਸਟ੍ਰਿਕਸ਼ਨਸ ਹੁੰਦੀਆਂ ਕਿ ਤੁਸੀਂ ਕੋਈ ਇੱਦਾਂ ਦਾ ਪ੍ਰੋਗਰਾਮ ਨਹੀਂ ਦੇਣਾ ਕੋਈ ਜਿਹੜਾ ਸੋਸਾਇਟੀ ਦੇ ਵਿੱਚ ਗਲਤ ਇਮੇਜ ਲੈ ਕੇ ਆਵੇ, ਮਤਲਬ ਯਾਰਡ ਸਟਿਕ ਡਿਫਰੈਂਟ ਸੀ। ਯਾ, ਕਿਉਂਕਿ ਪਹਿਲੀਆਂ ਵਿੱਚ ਤਾਂ ਰੇਡੀਓ ਹੀ ਹੁੰਦਾ ਸੀਗਾ, ਮੇਰੇ ਦੋਸਤ ਹੁੰਦੇ ਸੀ ਐਸ ਐਸ ਮੀਸ਼ਾ ਉੱਤੇ, ਉਹ ਅਕਸਰ ਜਦੋਂ ਇੱਥੋਂ ਜਾਣਾ ਉੱਥੇ ਚਲੇ ਜਾਂਦੇ ਹੁੰਦੇ ਸੀਗੇ ਰੇਡੀਓ। ਮੈਂ ਹੋਇਆ ਕਿ ਮੋਸਟਲੀ ਜਿੰਨੇ ਮੇਰੇ ਦੋਸਤ ਸੀਗੇ ਉਹ ਉਸ ਟਾਈਮ ਰੇਡੀਓ ਤੋਂ ਟੀ ਵੀ ਵੱਲ ਨੂੰ ਆਉਂਦੇ ਰਹੇ ਸੀ। ਮੈਂ ਪਹਿਲਾਂ ਟੀ ਵੀ 'ਤੇ ਗਿਆ ਸੀ, ਬਾਅਦ ਵਿੱਚ ਰੇਡੀਓ 'ਤੇ ਆਇਆ ਸੀ। ਅੱਛਾ, ਬਾਅਦ 'ਚ ਰੇਡੀਓ 'ਤੇ? ਹਾਂਜੀ, ਰੇਡੀਓ 'ਤੇ ਗਿਆ ਮੈਂ, ਆਲ ਇੰਡੀਆ ਰੇਡੀਓ 'ਤੇ ਵੀ। ਅੱਛਾ, ਆਲ ਇੰਡੀਆ ਰੇਡੀਓ ਜਲੰਧਰ ਕੀਤਾ? ਹਾਂਜੀ, ਜਲੰਧਰ ਕੀਤਾ। ਕੀ ਬਾਤ ਹੈ, ਅੱਛਾ ਅੱਛਾ ਅੱਛਾ, ਕਿਉਂਕਿ ਆਈ ਗੋਟ ਵੈਰੀ ਫੌਂਡ ਮੈਮਰੀਜ਼ ਫੋਰ ਆਲ ਇੰਡੀਆ ਰੇਡੀਓ ਜਲੰਧਰ। ਪਹਿਲਾਂ 1 ਸਾਲ ਦੂਰਦਰਸ਼ਨ 'ਤੇ ਨਿਊਜ਼ ਪ੍ਰੈਜ਼ੈਂਟ ਕੀਤੀਆਂ, ਬਾਅਦ ਵਿੱਚ ਫਿਰ ਦੂਰਦਰਸ਼ਨ ਦਾ ਰੇਡੀਓ ਮੈਂ ਇਕੱਠਾ ਕਰਦਾ ਰਿਹਾ। ਓਕੇ, ਹਾਂਜੀ, ਉੱਧਰ ਦੂਰਦਰਸ਼ਨ ਵੀ ਬੁਕਿੰਗਸ ਹੁੰਦੀਆਂ ਸੀ ਅਤੇ ਰੇਡੀਓ ਸਟੇਸ਼ਨ 'ਤੇ ਵੀ ਬੁਕਿੰਗਸ ਹੁੰਦੀਆਂ ਸੀ। ਅਤੇ ਬਿੱਟੂ ਜੀ, ਤੁਸੀਂ ਮਤਲਬ ਇੱਥੇ ਪ੍ਰੋਗਰਾਮ ਕਰਦੇ ਹੋ ਇੱਕ ਦਿਨ, ਮਤਲਬ ਰੇਡੀਓ ਦੇ ਉੱਤੇ, ਕਿੰਨੇ ਸਾਲਾਂ ਤੋਂ ਕਰ ਰਹੇ ਹੋ? 15 ਸਾਲ ਤੋਂ। 15 ਸਾਲ ਤੁਸੀਂ ਕਰਦੇ ਆ, ਤੁਹਾਡੇ 'ਚ ਕਿੱਦਾਂ ਇੰਟਰਸਟ ਪੈਦਾ ਹੋਇਆ ਰੇਡੀਓ 'ਤੇ ਜਾਣ ਲਈ? ਸ਼ੁਰੂ ਤੋਂ ਮਤਲਬ ਮੈਨੂੰ ਜਿੱਦਾਂ ਕ੍ਰੀਏਟਿਵ ਮਾਇੰਡ ਕਹਿ ਸਕਦੇ ਹੋ, ਜਾਂ ਸ਼ੁਰੂ ਤੋਂ ਸੀਗਾ ਕਿ ਕੁਛ ਨਾ ਕੁਛ ਆਰਟਿਸਟਿਕ ਕਰਨ ਦਾ, ਜਿਵੇਂ ਬਚਪਨ ਤੋਂ ਸੀਗਾ। ਪਹਿਲਾਂ ਛੋਟੇ ਹੁੰਦਿਆਂ ਮੇਰਾ ਬਾਲ ਸੰਦੇਸ਼, ਜਿੱਦਾਂ ਤੁਸੀਂ ਨਵਤੇਜ ਉਹਨਾਂ ਦਾ ਜ਼ਿਕਰ ਕੀਤਾ, ਹਿਰਦੇਪਾਲ ਉਹਦਾ ਸੰਪਾਦਕ, ਉਹਦੇ 'ਚ ਛਪਦਾ ਰਿਹਾ। ਅਤੇ ਉਸ ਤੋਂ ਬਾਅਦ ਜਿਹੜੇ ਲੋਕ ਪੇਪਰ ਸੀਗੇ ਉੱਥੇ ਛਪਦੇ ਸੀ, ਉਹਨਾਂ 'ਚ ਵੀ ਕੋਲਮ ਲਿਖਦਾ ਰਿਹਾ, ਮੈਂ ਛਪਦਾ ਰਿਹਾ। ਫਿਰ ਮਤਲਬ ਇੱਧਰ ਆ ਗਿਆ, ਇੱਧਰ ਆਉਣ ਤੋਂ ਬਾਅਦ
ਜਦੋਂ ਇੱਥੇ ਇੰਗਲੈਂਡ 'ਚ ਆਏ ਤਾਂ ਓਬਵੀਅਸਲੀ ਪਹਿਲਾਂ ਕੰਮਕਾਰ ਸੈੱਟ ਕਰਨਾ ਸੀਗਾ, ਕੰਮਕਾਰ ਸੈੱਟ ਕੀਤਾ ਅਤੇ ਇਨ ਦਾ ਮੀਨ ਟਾਈਮ ਇੱਕ ਵਾਰੀ ਕੀ ਹੋਇਆ ਕਿ ਮੈਂ ਕਾਰ 'ਚ ਜਾਂਦਾ ਪੰਜਾਬੀ ਰੇਡੀਓ ਸੁਣਦਾ ਸੀਗਾ, ਸੁਣ ਰਿਹਾ ਸੀ ਪੰਜਾਬੀ ਰੇਡੀਓ, ਅਤੇ ਉਹ ਨਾਲ ਮੇਰਾ ਫਰੈਂਡ ਸੀ ਬੈਠਾ, ਉਹ ਸੁਣਦੇ ਸੁਣਦੇ ਉਹ ਕਹਿੰਦਾ ਯਾਰ ਕਹਿੰਦਾ ਤੂੰ ਆਹ ਤਾਂ ਤੂੰ ਵੀ ਕਰ ਸਕਦਾ ਬਿੱਟੂ, ਜ਼ਬਰਦਸਤ ਆਈਡੀਆ ਆਇਆ। ਅਤੇ ਮੈਂ ਫੋਨ ਕੀਤਾ ਰੇਡੀਓ ਵਾਲਿਆਂ ਨੂੰ, ਉਹਨਾਂ ਨੇ ਇੰਟਰਵਿਊ ਲਈ, ਉਹ ਕਹਿੰਦੇ ਆ ਜਾ, ਅਤੇ ਇਸ ਤਰ੍ਹਾਂ ਬਸ ਸ਼ੌਪ ਬਣ ਗਿਆ। ਵੈਰੀ ਗੁੱਡ। ਅੱਛਾ ਅੱਜ ਤੁਹਾਨੂੰ ਪਤਾ ਥੋੜ੍ਹੀ ਚਿਰ ਬਾਅਦ ਸਾਡੀ ਬ੍ਰੇਕ ਆਉਣੀ ਹੈ, ਅਤੇ ਬ੍ਰੇਕ ਤੋਂ ਬਾਅਦ ਵੀ ਆਪਾਂ ਗੱਲਾਂ ਕਰਾਂਗੇ, ਬਟ ਇਨ ਦਾ ਮੀਨ ਟਾਈਮ ਵੀ ਫੋਰ ਵਾਇਲ ਵੀ ਆਰ ਵੇਟਿੰਗ ਫੋਰ ਦਾ ਬ੍ਰੇਕ, ਕਿ ਭਗਤ ਸਿੰਘ, ਸ਼ਹੀਦ ਭਗਤ ਸਿੰਘ ਦਾ ਜਿੱਦਾਂ ਜਨਮ ਦਿਨ ਹੈ, ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ, ਉਹਨਾਂ ਦਾ ਸਿਰ ਝੁਕਾਉਂਦੇ ਹਾਂ ਅਸੀਂ ਆਪਣਾ, ਕਿਉਂਕਿ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਬੜੀ ਲਾਸਾਨੀ ਹੈ। ਇਹਦਾ ਮਤਲਬ ਇਹ ਨਹੀਂ ਕਿ ਹੋਰ ਜਿਹੜੇ ਸ਼ਹੀਦ ਹੋਏ ਨੇ, ਹਜ਼ਾਰਾਂ ਹੀ ਸ਼ਹੀਦ ਹੋਏ ਨੇ ਆਜ਼ਾਦੀ ਲੈਣ ਵਾਸਤੇ, ਉਹਨਾਂ ਦੀ ਕਿਸੇ ਗੱਲੋਂ ਘੱਟ ਸੀ, ਉਹ ਇੱਕੋ ਜਿਹੀ ਗੱਲ ਸੀਗੀ। ਅਤੇ ਅਲਗੋ ਫਾਰ ਬ੍ਰੇਕ ਐਂਡ ਵੀ ਵਿਲ ਕਮ ਬੈਕ ਦੈਨ। ਦੋਸਤੋ, ਅੱਜ ਬੜੀ ਦਿਲਚਸਪ ਗੱਲ ਹੋ ਰਹੀ ਆ, ਨੌਜਵਾਨ ਸਾਡੇ ਕੋਲ ਨੇ, ਕਵੀ ਨੇ, ਸ਼ੌਕ ਰੱਖਦੇ ਨੇ ਬ੍ਰੌਡਕਾਸਟਿੰਗ ਦੇ ਵਿੱਚ, ਇਹਨਾਂ ਦੇ ਨਾਲ ਗੱਲ ਹੋ ਰਹੀ ਹੈ, ਅਤੇ ਇਹ ਹੈਗੇ ਨੇ ਦੇਵਗਨ ਜੀ ਐਂਡ ਬਿੱਟੂ ਜੀ, ਔਰ ਥੋੜ੍ਹੀ ਦੇਰ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ। ਦੋਸਤੋ, ਵੈਲਕਮ ਬੈਕ ਇਨ ਐੱਮ ਏ ਟੀ ਵੀ ਸਟੂਡੀਓਜ਼, ਔਰ ਥੋੜ੍ਹੀ ਦੇਰ ਤੋਂ ਬਾਅਦ ਸਾਡੇ ਸਕਰੀਨ ਦੇ ਉੱਤੇ ਮੇਰੀ ਈਮੇਲ ਆਈ ਡੀ ਆਏਗੀ, ਪਲੀਜ਼ ਰਿਸਪੋਂਡ ਟੂ ਦੈਟ ਥਰੂ ਦੈਟ ਈਮੇਲ ਆਈ ਡੀ, ਕਿ ਕਿਹੋ ਜਿਹਾ ਪ੍ਰੋਗਰਾਮ ਤੁਹਾਨੂੰ ਲੱਗਾ ਇਹ, ਅਗਰ ਤੁਹਾਨੂੰ ਨਾ ਵੀ ਚੰਗਾ ਲੱਗਾ ਹੋਵੇ ਤਾਂ ਵੀ ਸਾਨੂੰ ਦੱਸੋ, ਤਾਂ ਜੋ ਅਸੀਂ ਇਹਦੇ ਵਿੱਚ ਹੋਰ ਵੀ ਇੰਪਰੂਵਮੈਂਟ ਲਿਆਈਏ। ਸਾਡੇ ਕੋਲ ਦੋ ਨੌਜਵਾਨ ਪੰਜਾਬੀ ਦੇ ਸ਼ਾਇਰ ਹਨ, ਇਹਨਾਂ ਨੂੰ ਹੋਰ ਇੰਟਰਸਟ ਵੀ ਹੈਗੇ ਆ, ਬਿੱਟੂ ਹੋਣੀ ਖਾਸ ਕਰਕੇ ਛੋਟੀਆਂ ਫਿਲਮਾਂ ਵੀ ਬਣਾਉਂਦੇ ਨੇ, ਔਰ ਸਰ ਆਪਣੀ ਰਵਿੰਦਰ ਹੋਣੀ ਇਹ ਮਤਲਬ ਕਮਰਸ਼ੀਅਲ ਬਣਾਉਂਦੇ ਨੇ, ਅਤੇ ਇਹਦੇ ਨਾਲ ਨਾਲ ਇਹ ਭੰਗੜਾ ਵੀ ਸਿਖਾਉਂਦੇ ਨੇ, ਪੱਗ ਬੰਨਣੀ ਵੀ ਸਿਖਾਉਂਦੇ ਆ ਇਹ, ਮਤਲਬ ਕਿੰਨੇ ਹੀ ਇਹਨਾਂ ਦੇ ਇੰਟਰਸਟ ਹੈਗੇ ਆ, ਜਿਹਨਾਂ ਦੇ ਹੁਣ ਅਸੀਂ ਇਸ ਟੋਪਿਕ ਦੇ ਉੱਤੇ ਇਹਨਾਂ ਦੇ ਉੱਤੇ ਗੱਲਬਾਤ ਕਰਾਂਗੇ। ਅਤੇ ਬਿੱਟੂ ਜੀ, ਤੁਹਾਨੂੰ ਵੀ ਸ਼ੌਕ ਹੈਗਾ ਗਿੱਧਾ ਅਤੇ ਭੰਗੜੇ ਪਾਉਣ ਦਾ? ਗਿੱਧਾ ਭੰਗੜਾ ਦਾ ਸ਼ੌਕ ਨਹੀਂ, ਹਰ ਪੰਜਾਬੀ ਦੇ ਖੂਨ 'ਚ ਹੀ ਆ ਗਿੱਧਾ ਹੁੰਦਾ ਹੁੰਦਾ, ਮਤਲਬ ਜਦੋਂ ਢੋਲ ਵੱਜਦਾ ਤੇ ਆਪਣੇ ਆਪ ਪੈਰ ਉੱਠਦੇ ਨੇ, ਪੈਰ ਉੱਠਦੇ, ਤੇ ਬਾਕੀ ਓਬਵੀਅਸਲੀ ਸਿੱਖਿਆ ਵੀ ਆ ਪਾਉਣਾ। ਅੱਛਾ, ਹਾਂਜੀ, ਮਤਲਬ ਉਹ ਤੇ ਪੰਜਾਬ ਲੁਧਿਆਣੇ ਦੇ ਵਿੱਚ ਪੰਜਾਬ ਕਾਫੀ ਹੁੰਦੀ ਹੈ, ਹਾਂਜੀ, ਸੋ ਇੰਨਾ ਖੁਦ। ਤੇ ਤੁਸੀਂ ਤਾਂ ਭੰਗੜਾ ਸਿਖਾਉਂਦੇ ਹੋ, ਤੇ ਤੁਹਾਨੂੰ ਇੱਥੇ ਜਿਹੜੇ ਯੰਗਸਟਰ ਇੱਥੋਂ ਦੇ ਜੰਮੇ ਪਲੇ ਆ, ਜਿਹੜੇ ਤੁਸੀਂ ਨਵੇਂ ਆਏ ਹੋ ਨਾ, ਜਿਹੜੇ ਇੱਥੋਂ ਦੇ ਜੰਮੇ ਪਲੇ ਯੰਗਸਟਰ ਆ, ਮੁੰਡੇ ਕੁੜੀਆਂ, ਉਹਨਾਂ ਨੂੰ ਕਿੰਨਾ ਸ਼ੌਕ ਆ ਭੰਗੜਾ ਸਿੱਖਣ? ਉਹਨਾਂ ਨੂੰ ਮੈਨੂੰ ਲੱਗਦਾ ਕਿ ਉੱਥੋਂ ਨਾਲੋਂ ਵੀ ਜ਼ਿਆਦਾ ਸ਼ੌਕ ਆ ਜੀ, ਇੱਥੋਂ ਦੇ ਬੱਚਿਆਂ ਨੂੰ, ਹਾਂਜੀ, ਇੱਥੇ ਜ਼ਿਆਦਾ ਸ਼ੌਕ, ਇੱਥੇ ਜ਼ਿਆਦਾ ਸ਼ੌਕ ਆ ਜੀ। ਇਜ਼ ਇਟ ਬਿਕੋਜ਼, ਕਿਉਂਕਿ ਇੱਥੇ ਫੰਕਸ਼ਨ ਬਹੁਤ ਹੁੰਦੇ ਆ, ਕਦੇ ਵਿਆਹ ਹੁੰਦੇ ਆ, ਕਦੇ ਕੜਵਾਈ ਹੁੰਦੇ ਆ, ਕਦੇ ਜਨਮਦਿਨ ਆ ਗਿਆ, ਲੋਕ ਫੰਕਸ਼ਨ ਉੱਥੇ ਵੀ ਹੋ ਜਾਂਦੇ ਆ ਜੀ ਕਾਫੀ। ਡੂ ਯੂ ਥਿੰਕ ਦੈਟ ਇਜ਼ ਅ ਰੀਜ਼ਨ? ਨਹੀਂ, ਇੱਥੇ ਮੈਂ ਦੇਖਿਆ ਕਿ ਇੱਥੇ ਜਿਹੜੀਆਂ ਨਾ ਲੜਕੀਆਂ ਭੰਗੜਾ ਪਾਉਂਦੀਆਂ, ਉੱਥੇ ਪੰਜਾਬ ਦੇ ਵਿੱਚ ਲੜਕੀਆਂ ਭੰਗੜਾ ਨਹੀਂ ਪਾਉਂਦੀਆਂ, ਉਹਨਾਂ ਦੀ ਗਿੱਧਾ ਪਾਉਂਦੀਆਂ, ਉਹਨਾਂ ਦੀਆਂ ਜਿਹੜੀਆਂ ਕਾਲਜ ਜਾਂ ਸਕੂਲ ਲੈਵਲ 'ਤੇ ਜਿਹੜੀਆਂ ਟੀਮਸ ਹੁੰਦੀਆਂ ਨਾ, ਉਹ ਗਿੱਧੇ ਦੀਆਂ ਹੁੰਦੀਆਂ ਕੁੜੀਆਂ ਦੀਆਂ। ਅੱਛਾ, ਇੱਥੇ ਜਿਹੜੀਆਂ ਯੂਨੀਵਰਸਿਟੀ ਦੀਆਂ ਟੀਮਸ ਆ, ਉਹਨਾਂ ਦੇ ਵਿੱਚ ਲੜਕੀਆਂ ਭੰਗੜਾ ਪਰਫਾਰਮ ਕਰਦੀਆਂ, ਉਹਦੇ ਵਿੱਚ ਇੱਥੇ ਗਿੱਧੇ ਦੀਆਂ ਟੀਮ ਮੈਨੂੰ ਕੋਈ ਯੂਨੀਵਰਸਿਟੀ ਦੀ ਟੀਮ ਨਹੀਂ ਅਜੇ ਤੱਕ ਦੇਖਣ ਨੂੰ ਮਿਲੀ, ਪਰ ਇੱਥੇ ਨਹੀਂ, ਫੋਕ ਜਿਹੜਾ ਫੋਕ ਗਿੱਧਾ ਨਾ, ਫੋਕ ਗਿੱਧਾ ਜਿਹੜਾ, ਬਟ ਉਹਨੂੰ ਆਪਾਂ ਭੰਗੜੇ, ਹਾਂਜੀ, ਉਹਨੂੰ ਆਪਾਂ ਜਿਹੜੇ ਸੌਂਗ 'ਤੇ ਪਰਫਾਰਮ ਕਰਨਾ ਉਹ ਗਿੱਧੇ 'ਚ ਨਹੀਂ ਆਉਂਦਾ। ਮਤਲਬ ਇੱਥੇ ਘੱਟ ਆ ਗਿੱਧਾ ਜਿਹੜਾ, ਹੈ ਨਾ, ਇਹ ਕਹਿ ਰਹੇ ਹੋ ਤੁਸੀਂ? ਵੈਸੇ ਗਿੱਧੇ ਦੀਆਂ ਕੁੜੀਆਂ ਕੁਛ ਹੈਗੀਆਂ ਇਕੱਠੀਆਂ ਹੋ ਕੇ ਕਰਦੀਆਂ? ਗਿੱਧੇ ਜਿਹੜੇ ਬਾਹਰ ਗਰੁੱਪ ਹੈਗੇ ਆ ਉਹ ਹੋ ਸਕਦਾ ਕਿ ਗਿੱਧੇ ਗਰੁੱਪ ਹੋਣ, ਪਰ ਜਿਹੜੀਆਂ ਕਾਲਜ ਸਕੂਲ ਲੈਵਲ ਦੀਆਂ ਜਿਹੜੀਆਂ ਕਾਲਜ ਦੀਆਂ ਯੂਨੀਵਰਸਿਟੀ ਦੀਆਂ ਟੀਮਸ ਹੈਗੀਆਂ ਉਹਨਾਂ ਦੇ ਵਿੱਚ ਜਿੱਦਾਂ ਫੋਕ ਡਾਂਸ ਹੈਗਾ ਗਿੱਧਾ ਨਾ, ਉਹ ਪ੍ਰੋਪਰ ਉਸ ਤਰ੍ਹਾਂ ਪਰਫਾਰਮ ਨਹੀਂ ਹੁੰਦਾ ਇੰਸਟਰੂਮੈਂਟਸ ਦੇ ਨਾਲ, ਇੱਥੇ ਸਿਰਫ ਸੌਂਗਸ ਦੇ ਉੱਤੇ ਪਰਫਾਰਮ ਕਰਦੇ ਆ। ਓਕੇ, ਹਾਂਜੀ, ਤੇ ਤੁਸੀਂ ਗੀਤ ਵੀ ਲਿਖਦੇ ਹੋ? ਹਾਂਜੀ, ਤੇ ਮਜ਼ਾ ਆ ਜਾਏ ਜੇ ਹੁਣ ਥੋੜ੍ਹੇ ਜਿਹੇ ਨਾ ਸੁਣਾ ਦਿਓ ਸਾਨੂੰ ਕੁਛ ਲਾਈਨਾਂ। ਸਾਥੀ ਜੀ, ਮੈਂ ਇਹ ਗੀਤ ਉਦੋਂ ਮੈਂ ਵੀ ਨਵਾਂ ਹੀ ਆਇਆ ਸੀ, ਤੇ ਉਸ ਵੇਲੇ ਯੂਕੇ ਦੇ ਵਿੱਚ ਸਟੂਡੈਂਟਸ ਬਹੁਤ ਆਏ ਸੀ, ਤੇ ਉਹ ਸਿਚੁਏਸ਼ਨ ਦੇਖ ਕੇ ਮੈਨੂੰ ਥੋੜੀਆਂ ਜਿਹੀਆਂ ਲਾਈਨਾਂ ਜੁੜ ਗਈਆਂ ਸੀਗੀਆਂ, ਮੈਂ ਤੁਹਾਡੇ ਥੋੜੀਆਂ ਜਿਹੀਆਂ ਸ਼ੇਅਰ ਕਰਦਾ ਜੀ। ਉਹ ਇਸ ਤਰ੍ਹਾਂ ਸੀ ਕਿ ਜਦੋਂ ਲੜਕਾ ਲੜਕੀ ਦੋਨੋਂ ਇਕੱਠੇ ਵਿਆਹ ਕਰਾ ਕੇ ਆਉਂਦੇ ਆ ਨਾ, ਇੱਥੇ ਇੱਕ ਸਟੂਡੈਂਟ ਹੁੰਦੀ ਆ, ਦੂਜਾ ਕੰਮ ਕਰਦਾ, ਡਿਪੈਂਡੈਂਟ ਹੁੰਦਾ, ਉਹ ਇਸ ਸਿਚੁਏਸ਼ਨ ਦੇ ਨਾਲ That's a very good situation actually, yeah. The people talk about it a lot. Oh, see, yeah. ਚੱਲ ਜਿੰਦੂ ਆਵੇ ਚੱਲ ਚੱਲੀਏ ਯੂਕੇ ਚੱਲੀਏ ਸਟੱਡੀ ਵੀਜ਼ਾ ਲਾ, ਮੈਂ ਜਾਊਂ ਕਾਲਜ ਤੂੰ ਜਾਈ ਕੰਮ ਤੇ ਕਰਾਂਗੇ ਪੂਰੇ ਚਾ, ਉੱਥੇ ਲੰਡਨ ਆਈਆ ਵੇ ਜਿੰਦੂ ਆਵੇ ਬੜੀ ਸੋਹਣੀ ਬਣਾਈਆ, ਵੇ ਜਿੰਦੂ ਆਵੇ ਉੱਥੋਂ ਦਿਸਦੀ ਲੁਕਾਈਆ, ਵੇ ਜਿੰਦੂ ਆਹੋ ਜਦ ਜਿੰਦੂ ਆ ਸੀ ਯੂਕੇ ਆਇਆ ਫਸ ਗਿਆ ਵਿੱਚ ਗਮਾਂ, ਕੰਮ ਕਰ ਕਰਕੇ ਹੱਡ ਪੈਰ ਭੱਜ ਗਏ ਵਾਪਿਆ ਨਾਲ ਜਮਾਂ,
ਮੈਨੂੰ ਸੋਚ ਕਿੱਥੋਂ ਆਈ ਸੀ, ਨੀ ਜਿੰਦੀਏ ਨੀ ਮੈਨੂੰ ਉੱਥੇ ਹੀ ਕਮਾਈ ਸੀ, ਨੀ ਜਿੰਦੀਏ ਨੀ ਨੀ ਮੈਂ ਐਸ਼ ਉਡਾਈ ਸੀ, ਨੀ ਜਿੰਦੀਏ ਹੋ ਬਿੱਟੂ ਜੀ ਤੁਸੀਂ ਵੀ। ਹਾਂਜੀ ਮੈਂ ਵੀ ਲਿਖਦਾ ਕਵਿਤਾ, ਕੁਛ ਇਸੇ ਤਰ੍ਹਾਂ ਦੀ ਇੱਕ ਕਵਿਤਾ ਲਿਖੀ ਸੀ ਮੈਂ ਸਟੂਡੈਂਟ ਵੀ ਐਸਾ ਕਹਿੰਦੇ, ਮੰਮੀ ਨੂੰ ਮਨਾ ਕੇ ਪੂਰਾ ਮੱਖਣ ਲਗਾ ਕੇ, ਕਿੱਲਾ ਬੈ ਕਰਵਾ ਕੇ, ਕਾਪੀ ਏਜੰਟ ਨੂੰ ਫੜਾ ਕੇ, ਦੇਸੀ ਜੱਟ ਚੜ੍ਹ ਕੇ ਜਹਾਜ਼ੇ ਬਹਿ ਗਿਆ, ਹੁਣ ਪਛਤਾਵੇ ਕਿਹੜੇ ਚੱਕਰਾਂ 'ਚ ਪੈ ਗਿਆ। ਲਾ ਕੇ ਆਇਆ ਉੱਥੋਂ ਕਹਿੰਦਾ 6 ਲੱਖ ਨੀ, ਕੰਮ ਨਾਲ ਦੂਰਾ ਹੋ ਗਿਆ ਇਹ ਲੱਖ ਨੀ, 12 ਘੰਟੇ ਡਿਊਟੀ ਪੱਲੇ ਪੈਂਦਾ ਕੱਖ ਨੀ, ਖਰਚੇ ਦੀ ਚਿੰਤਾ ਸਤਾਵੇ ਉਹਨੂੰ ਵੱਖ ਨੀ, ਰੰਗਲਾ ਚੁਵਾਰਾ ਪਲਾਂ ਵਿੱਚ ਢਹਿ ਗਿਆ, ਹੁਣ ਪਛਤਾਵੇ ਕਿਹੜੇ ਚੱਕਰਾਂ 'ਚ ਪੈ ਗਿਆ। ਕਵਿਤਾ ਤਾਂ ਲੰਬੀ ਹੈ ਪਰ ਤੁਹਾਨੂੰ ਇੱਕ ਪੈਰਾ ਹੋਰ ਇਹਦਾ ਸੁਣਾਦਾ। ਚੰਡੀਗੜ੍ਹ ਵਾਲੀ ਹੁਣ ਫੋਨ ਨਹੀਂ ਉਹ ਚੱਕਦੀ, ਹੁਣ ਕਿੱਥੇ ਚੁੱਕਣਾ ਵਿਆਹ ਕਰਾ ਲਿਆ, ਇੱਥੇ ਵਾਲੀ ਕੁੜੀ ਤਾਂ ਫਰੈਸ਼ ਹੀ ਉਹਨੂੰ ਦੱਸਦੀ। ਗੋਰੀ ਗੋਰੀ ਕੋਈ ਮੇਮ ਉਹਦੇ ਨਾਲ ਨਹੀਂ ਉਹ ਫਸਦੀ, ਹੋਇਆ ਹੌਕਿਆਂ ਦੇ ਵਿੱਚ ਜਾਵੇ ਜਿੰਦ ਧੱਸਦੀ, ਤੱਕ ਮੁੰਦਰੀ ਨਿਸ਼ਾਨੀ ਹੜ੍ਹ ਹੰਝੂਆਂ ਦਾ ਬਹਿ ਗਿਆ, ਹੁਣ ਪਛਤਾਵੇ ਕਿਹੜੇ ਚੱਕਰਾਂ 'ਚ ਪੈ ਗਿਆ। ਘਰਦਿਆਂ ਡੰਗਰਾਂ ਲਈ ਵੱਢਦਾ ਨਾ ਪੱਠੇ ਸੀ, ਯੂਕੇ ਦੇ ਖੇਤਾਂ ਵਿੱਚ ਪੱਟਦਾ ਉਹ ਗੱਠੇ ਜੀ, ਬਾਪੂ ਦਾ ਸੀ ਕੈਸ਼ ਦਿਨ ਐਸ਼ਾਂ ਵਾਲੇ ਕੱਟੇ ਸੀ, ਇੱਥੇ ਪੱਟਦਾ ਏ ਨੀਹਾਂ ਨਾਲੇ ਰੁਲਦਾ ਏ ਕੱਟੇ ਜੀ, ਹੱਥ ਛੇਤੀ ਛੇਤੀ ਹਿਲਾ ਗਮਨਾ ਸੀ ਕਹਿ ਗਿਆ, ਹੁਣ ਪਛਤਾਵੇ ਕਿਹੜੇ ਚੱਕਰਾਂ 'ਚ ਪੈ ਗਿਆ। ਵੈਰੀ 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 ਗੁੱਡ, ਨਹੀਂ ਹੋਰ ਬੁਲਟ ਦੇ ਉੱਤੇ ਜਿਹੜਾ ਲਾਉਂਦਾ ਨੀ ਉਹ ਲੱਤ ਸੀ, ਬੁਲਟ ਦੇ ਉੱਤੇ ਕੁਮਾਰ ਮੰਡੀ ਤੁਸੀਂ, ਬੁਲਟ ਦੇ ਉੱਤੇ ਜਿਹੜਾ ਲਾਉਂਦਾ ਨੀ ਉਹ ਲੱਤ ਸੀ, ਕਾਲਜ ਜਾਣ ਲਈ ਫਿਰੇ ਲੱਭਦਾ ਉਹ ਬੱਸ ਨੀ, ਨਾ ਕਰੇ ਹੜਤਾਲਾਂ ਨਾ ਮੰਗਦਾ ਉਹ ਹੱਕ ਨੀ, ਉੱਥੇ ਤੁਸੀਂ ਵੀ ਹੜਤਾਲਾਂ ਬਹੁਤ ਕਰਦੇ ਰਹੇ ਗਵਰਨਮੈਂਟ, ਨਾ ਕਰੇ ਹੜਤਾਲਾਂ ਨਾ ਮੰਗਦਾ ਉਹ ਹੱਕ ਨੀ, ਰੋਂਦੀ ਸੂਰਤ ਬਣਾ ਕੇ ਪੈਂਦਾ ਕਦੇ ਕਦੇ ਹੱਸਣੀ, ਬੁਰੇ ਫਸੇ ਯਾਰਾ ਹੌਲੀ ਜਿਹੀ ਮੈਨੂੰ ਕਹਿ ਗਿਆ, ਹੁਣ ਪਛਤਾਵੇ ਕਿਹੜੇ ਚੱਕਰਾਂ 'ਚ ਪੈ ਗਿਆ। ਆਖਦਾ ਖੰਗੂੜਾ ਕਰ ਵੱਡਾ ਹੁਣ ਜੇਰਾ, ਹਰ ਰਾਤ ਪਿੱਛੋਂ ਹੁੰਦਾ ਚੜ੍ਹਦਾ ਸਵੇਰਾ, ਸੁੱਖ ਦੁੱਖ ਹੁਣ ਕੱਟ ਲੈ ਤੂੰ ਕੇਰਾ, PR ਲੈ ਕੇ ਪਾਈ ਵਤਨਾਂ ਨੂੰ ਫੇਰਾ, ਮਿਲੂ ਮੰਜ਼ਿਲ ਜ਼ਰੂਰ, ਬਿੱਟੂ ਗੱਲ ਸੱਚੀ ਕਹਿ ਗਿਆ, ਹੁਣ ਪਛਤਾਵੇ ਕਿਹੜੇ ਚੱਕਰਾਂ 'ਚ ਪੈ ਗਿਆ। ਵਾਹ ਜੀ ਵਾਹ, ਬਹੁਤ ਅੱਛਾ, ਵੈਰੀ ਗੁੱਡ ਵੈਰੀ ਗੁੱਡ। ਇਹ ਕਿਉਂਕਿ ਤੁਸੀਂ ਦੋਹਾਂ ਨੇ ਜਿਹੜੀ ਦੋਨੋਂ ਚੀਜ਼ਾਂ ਸੁਣਾਈਆਂ ਨਾ, ਇਹ ਇੱਥੋਂ ਦੀ ਲਾਈਫ ਨਾਲ ਸੰਬੰਧਿਤ ਹੈ। ਮੇਰੇ ਕੋਲ ਬਹੁਤ ਸਾਰੇ ਇੱਥੇ ਸ਼ਾਇਰ ਆਉਂਦੇ ਨੇ, ਕਈ ਬਹੁਤ ਬਹੁਤ ਦੇਰ ਦੇ ਲਿਖਦੇ ਆ, ਪਰ ਉਹਨਾਂ ਕੋਲ ਕੋਈ ਉਹਨਾਂ ਨੇ ਕਵਿਤਾ ਇੱਦਾਂ ਦੀ ਲਿਖੀ ਨਹੀਂ, ਮਤਲਬ ਜਿਹੜੀ ਇੱਥੋਂ ਦੀ ਜ਼ਿੰਦਗੀ ਨੂੰ ਪੋਰਟਰੇ ਕਰਦੀ ਹੋਵੇ। ਪਤਾ ਕੀ, ਤੁਸੀਂ ਜਿੱਥੇ ਵੀ ਰਹਿੰਦੇ ਹੋ, ਜਿਹੜਾ ਵੀ ਤੁਹਾਡਾ ਕਰਮ ਭੂਮੀ ਜਿੱਥੇ ਤੁਸੀਂ ਰਹਿੰਦੇ ਹੋ, ਉਸ ਜਗ੍ਹਾ ਨੂੰ ਹੀ ਅਪਣਾ ਕੇ ਤੁਸੀਂ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਐਬਸੋਲਿਊਟਲੀ, ਓਬਵੀਅਸਲੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿੱਥੇ ਤੁਸੀਂ ਜੰਮੇ ਹੋ, ਜਿੱਥੇ ਤੁਸੀਂ ਪਲੇ ਹੋ, ਉੱਥੇ ਤੁਹਾਡੀਆਂ ਜੜ੍ਹਾਂ ਨੇ, ਓਬਵੀਅਸਲੀ ਉੱਥੇ ਤੁਹਾਡਾ ਫਰੈਂਡਸ਼ਿਪ ਸਰਕਲ ਸਾਰਾ ਉੱਥੇ, ਤੁਹਾਡੀ ਮਿੱਟੀ ਦਾ ਮੋਹ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਜਿਸ ਜਗ੍ਹਾ ਤੁਸੀਂ ਰਹਿਣਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ, ਉਹ ਬਹੁਤ ਜ਼ਿਆਦਾ ਮਹੱਤਵਪੂਰਨ ਆ। ਇੱਕ ਜਗ੍ਹਾ ਰਹਿ ਕੇ ਨਾ ਸਾਡੀ ਸੋਚ ਦੂਜੀ ਜਗ੍ਹਾ 'ਤੇ ਕੰਮ ਨਹੀਂ ਕਰ ਸਕਦੀ, ਜਿੱਥੇ ਅਸੀਂ ਬੈਠੇ ਹਾਂ ਨਾ, ਜਿੱਥੇ ਅਸੀਂ ਕੰਮ ਕਰਦੇ ਹਾਂ ਸਾਨੂੰ ਉੱਥੋਂ ਦਾ ਇਨਵਾਇਰਮੈਂਟ ਅਸੀਂ ਦੇਖਦੇ ਹਾਂ, ਉੱਦਾਂ ਦੇ ਥੋਟਸ ਸਾਡੇ ਦਿਮਾਗ ਦੇ ਵਿੱਚ ਆਉਂਦੇ ਆ। ਹੁਣ ਮੈਂ ਲੱਖ ਵਾਰੀ ਕੋਸ਼ਿਸ਼ ਕਰ ਲਈ ਕਿ ਜਿਸ ਤਰ੍ਹਾਂ ਦਾ, ਚਲੋ ਮੇਰਾ ਇੰਟਰਸਟ ਹੈਗਾ ਸੌਂਗਸ ਲਿਖਣ ਦੇ ਵਿੱਚ, ਵੀ ਜਿਸ ਤਰ੍ਹਾਂ ਦੇ ਸੌਂਗਸ ਉੱਥੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਲਿਖੇ ਜਾਂਦੇ ਆ, ਵੀ ਮੈਂ ਉੱਦਾਂ ਦਾ ਕੋਈ ਟਰਾਈ ਕਰਾਂ। ਪਰ ਮੇਰੇ ਕੋਲ ਜ਼ਿਆਦਾ ਜਿਹੜੇ ਹੈਗੇ ਆ ਉਹ ਬਾਹਰ ਦੀ ਲਾਈਫ ਨਾਲ ਰਿਲੇਟਡ ਆ, ਜਾਂ ਹੋਣਾ ਵੀ ਇਸ ਤਰ੍ਹਾਂ ਚਾਹੀਦਾ ਜੀ। ਆਈ ਐਮ ਔਨ ਰੈਕੋਰਡ ਮਾਈਸੈਲਫ ਕਿ 62 ਤੋਂ ਲੈ ਕੇ ਹੁਣ ਤੱਕ ਮੈਂ ਜੋ ਕੁਛ ਲਿਖਿਆ ਇੱਥੋਂ ਦੀ ਲਾਈਫ ਬਾਰੇ ਲਿਖਿਆ। ਇਹਦਾ ਮਤਲਬ ਇਹ ਨਹੀਂ ਕਿ ਮੈਂ ਇੰਡੀਆ ਬਾਰੇ ਮੈਂ ਜਾਣਦਾ ਨਹੀਂ, ਇੰਡੀਆ ਦੀ ਮਿਸਾਲ ਵੀ ਦੇ ਦਿੱਤੀ ਆ, ਉਹਦੇ ਬਾਰੇ ਕੁਛ ਕਰੀ ਦੇਵੇ ਇੱਦਾਂ ਦੀ ਗੱਲ ਨਹੀਂ ਹੈਗੀ, ਬਟ ਬੇਸਿਕਲੀ ਮੇਰੀ ਜਿਹੜੀ ਥਿੰਕਿੰਗ ਆ ਮੇਰੇ ਆਲੇ ਦੁਆਲੇ ਨਾਲ ਬੱਝੀ ਹੋਈ ਆ। ਜਦੋਂ ਅਸੀਂ ਗੱਲ ਕਰਦੇ ਹਾਂ, ਜਿੱਦਾਂ ਤੁਸੀਂ ਕਿਹਾ ਹੈਗਾ ਕਿ ਉੱਥੇ ਜੰਮੇ ਆ ਉੱਥੇ ਇਸ ਤਰ੍ਹਾਂ ਨਾ, ਕਿ ਤੁਸੀਂ ਕਿਉਂਕਿ ਰੈਲੇਟਿਵਲੀ ਨਵੇਂ ਹੋ ਇਸ ਲਈ ਤੁਹਾਨੂੰ ਜ਼ਿਆਦਾ ਯਾਦ ਆਉਂਦੀ, ਪਰ ਜਿਹੜੇ ਬਹੁਤ ਪੁਰਾਣੇ ਬੰਦੇ ਆ ਨਾ ਉਹ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਾਣਾ ਜੁੜਾ ਤਾਂ ਅਸੀਂ ਹੈ ਨਹੀਂ। ਅਤੇ ਦੂਸਰੇ ਪਤਾ ਕੀ, ਨਹੀਂ ਆਮ ਸੋਰੀ ਲੈਟ ਯੂ ਫਿਨਿਸ਼, ਦੂਸਰੇ ਗੱਲ ਇਹ ਹੁੰਦੀ ਆ ਕਿ ਜਿਹੜੇ ਤੁਹਾਡੇ ਬੱਚੇ ਆ ਨਾ ਤੁਹਾਡੀ ਥਿੰਕਿੰਗ ਨੂੰ ਚੇਂਜ ਕਰ ਦਿੰਦੇ ਆ। ਥੋੜ੍ਹੀ ਥੋੜ੍ਹੀ ਆਈਡੈਂਟੀ ਵੀ ਆ ਨਾ, ਜਿਹੜੀ ਚੀਜ਼ ਨੂੰ ਤੁਸੀਂ ਬਿਲੋਂਗਿੰਗ, ਸੈਂਸ ਆਫ ਬਿਲੋਂਗਿੰਗ ਆ ਜਿਹੜੀ, ਉਹ ਬਹੁਤ ਇੰਪੋਰਟੈਂਟ ਆ। ਓਬਵੀਅਸਲੀ ਅਸੀਂ ਪੰਜਾਬ ਦੇ ਬੋਰਨ ਆ, ਸਾਨੂੰ ਪੰਜਾਬ ਪੰਜਾਬੀ ਪੰਜਾਬੀ ਇਸ ਨਾਲ ਬੜਾ ਮਾਣ ਆ ਇਸ ਚੀਜ਼ 'ਤੇ, ਬੜਾ ਬੜਾ ਸਾਨੂੰ ਪ੍ਰਾਊਡ ਆ, ਅਸੀਂ ਬੜਾ ਪ੍ਰਾਊਡ ਚਾਹੀਦਾ ਪੰਜਾਬੀ ਹੋਣ 'ਤੇ। ਸੋ ਜਿਹੜਾ ਮਤਲਬ ਕਹਿੰਦੇ ਨੇ ਕਿ ਪੰਜਾਬ ਪੰਜਾਬੀ ਨੂੰ ਤਾਂ ਤੁਸੀਂ ਪੰਜਾਬ 'ਚੋਂ ਕੱਢ ਸਕਦੇ ਹੋ, ਪਰ ਪੰਜਾਬੀ 'ਚੋਂ ਪੰਜਾਬ ਨੂੰ ਨਹੀਂ ਕੱਢ ਸਕਦੇ। ਚਲੋ, ਕੱਢਣ ਦੀ ਲੋੜ ਵੀ ਨਹੀਂ, ਇਸੇ ਤਰ੍ਹਾਂ ਰਹੂਗਾ, ਹਮੇਸ਼ਾ ਰਹੂਗਾ, ਕੱਢਣ ਦੀ ਲੋੜ ਵੀ ਨਹੀਂ। ਅਤੇ ਮੈਂ ਜਿਹੜੀ ਪਹਿਲਾਂ ਗੱਲ ਕੀਤੀ, ਥੋੜ੍ਹਾ ਜਿਹਾ ਟੋਪਿਕ ਆਪਾਂ ਚੇਂਜ ਕਰੀਏ, ਕਿ ਇਹ ਨਹੀਂ ਕਿ ਸਾਡੇ ਵੇਲਿਆਂ 'ਚ ਬਲਕਿ ਹੁਣ ਤੱਕ ਵੀ ਜਿਹੜੇ ਸਾਡੇ ਸ਼ਹੀਦ ਹੋਏ ਨੇ, ਭਗਤ ਸਿੰਘ ਦੀ ਆਪਾਂ ਗੱਲ ਕੀਤੀ ਸੀ, ਭਗਤ ਸਿੰਘ ਦਾ ਅੱਜ ਜਨਮ ਦਿਨ ਹੈ ਔਰ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਆਪਣੇ ਸਟੂਡੀਓ ਦੇ ਵਿੱਚ ਇੱਥੇ ਬੈਠ ਕੇ,
ਅਤੇ ਭਗਤ ਸਿੰਘ ਦੇ ਬਾਰੇ ਦੇ ਵਿੱਚ ਵੈਨ ਆਈ ਵਾਸ ਕੋਲਜ ਸਟੂਡੈਂਟ ਜਾਂ ਸਕੂਲ ਸਟੂਡੈਂਟ ਸੀਗਾ ਉਸ ਵੇਲੇ ਸਾਡੇ 'ਚ ਬੜੇ ਜੋਸ਼ ਵੀ ਹੁੰਦਾ ਸੀਗਾ, ਜੋਸ਼ ਹੁਣ ਵੀ ਹੈਗਾ ਲੋਕਾਂ ਦੇ ਵਿੱਚ, ਲੇਕਿਨ ਹੁਣ ਹੋਰ ਕਿਸਮ ਦਾ ਜੋਸ਼ ਆ। ਇਸ ਕਰਕੇ ਕਿ ਲੋਕਾਂ ਨੇ ਸੋਚਿਆ ਕਿ ਭਗਤ ਸਿੰਘ ਨੇ ਸ਼ਹੀਦੀ ਦੇ ਦਿੱਤੀ, ਲੋਕਾਂ ਨੇ ਸ਼ਹੀਦੀ ਦੇ ਦਿੱਤੀ, ਇਹਦਾ ਮਤਲਬ ਇਹ ਨਹੀਂ ਕਿ ਦੂਜੇ ਜਿਹੜੇ ਆ ਜਿਹੜੇ ਨਹੀਂ ਮਤਲਬ ਜੁਝਾਰੂ ਕਿਸਮ ਦੇ ਸੀਗੇ, ਜਵਾਹਰ ਲਾਲ ਨਹਿਰੂ ਜਾਂ ਗਾਂਧੀ, ਉਹਨਾਂ ਦੀ ਕੋਈ ਦੇਣ ਘੱਟ ਸੀ ਆਪਣੇ ਆਪ ਦੇ ਵਿੱਚ, ਕਿਉਂਕਿ ਹਮੇਸ਼ਾ ਡਿਬੇਟੇਬਲ ਗੱਲਾਂ ਹੁੰਦੀਆਂ ਨੇ। ਪਰ ਲੋਕ ਸੋਚਣ ਲੱਗ ਪਏ ਕਿ ਅਸੀਂ ਆਜ਼ਾਦੀ ਲਈ ਹੈ, ਲੇਕਿਨ ਆਜ਼ਾਦੀ ਉਹ ਨਹੀਂ ਆਜ਼ਾਦੀ ਹੈਗੀ ਜਿਹੜੀ ਭਗਤ ਸਿੰਘ ਦੇ ਖੁਆਬਾਂ ਦੇ ਵਿੱਚ ਸੀਗੀ। ਐਮ ਆਈ ਰਾਈਟ ਇਨ ਦੈਟ? ਦੇਖੋ, ਜਿਹੜੀ ਲੋਕਾਂ ਨੂੰ ਆਜ਼ਾਦੀ ਹੈ ਉਹ ਤਾਂ ਕਦੇ ਵੀ ਨਹੀਂ ਮਿਲਦੀ, ਬਹੁਤ ਘੱਟ ਮਿਲਦੀ। ਕਿਸੇ ਵੀ ਸਿਸਟਮ ਨੂੰ ਤੁਸੀਂ ਰੈਲੇਟਿਵਲੀ ਕੰਪੇਅਰ ਕਰਕੇ ਦੇਖ ਲਓ, ਚਾਹੇ ਉਹ ਕੈਪੀਟਲਿਸਟ ਸਿਸਟਮ ਆ, ਚਾਹੇ ਕੋਈ ਜਿਸ ਤਰ੍ਹਾਂ ਸਾਊਦੀ ਅਰੇਬੀਆ ਜਾਂ ਕਿਸੇ ਵੀ ਤਰ੍ਹਾਂ, ਜਾਂ ਈਵਨ ਕਮਿਊਨਿਜ਼ਮ ਵੀ ਸੀਗਾ ਜਿਹੜਾ ਰਸ਼ੀਆ ਦੇ ਵਿੱਚ ਵੀ ਸੀ, ਕਿਸੇ ਵੀ ਤਰ੍ਹਾਂ ਸੀ, ਲੋਕਾਂ ਨੂੰ ਆਜ਼ਾਦੀ ਤਾਂ ਕਿਤੇ ਵੀ ਨਹੀਂ ਮਿਲੀ ਢੰਗ ਸਿਰ। ਸੋ ਲੋਕਾਂ ਦੀ ਆਜ਼ਾਦੀ ਤਾਂ ਡਿਬੇਟੇਬਲ ਰਹਿਣੀ ਹੈ ਹਮੇਸ਼ਾ, ਉਹ ਡਿਬੇਟੇਬਲ ਹੈ, ਕਿਉਂਕਿ ਜਿਹੜੀ ਤੁਸੀਂ ਤਿੰਨ ਮਿਸਾਲਾਂ ਤੁਸੀਂ ਦਿੱਤੀਆਂ, ਜਿਵੇਂ ਤੁਸੀਂ ਜਾਣਦੇ ਹੋ ਕਿ ਸਾਊਦੀ ਅਰੇਬੀਆ ਦੇ ਵਿੱਚ ਅੱਜ ਹੀ ਅਖਬਾਰ 'ਚ ਆਇਆ ਕਿ ਲੇਡੀਜ਼ ਨੂੰ ਡਰਾਈਵ ਨਾ, ਉਹ ਹੌਲੀ ਹੌਲੀ ਉਹ ਕਰ ਰਿਹਾ ਕਿਉਂਕਿ ਬੜੀ ਕੰਜ਼ਰਵੇਟਿਵ ਸੋਸਾਇਟੀ ਹੈ। ਇਸੇ ਤਰ੍ਹਾਂ ਜਿਹੜਾ ਕੈਪੀਟਲਿਜ਼ਮ ਹੈ, ਇਟ ਹੈਜ਼ ਗੋਟ ਇਟਸ ਓਨ ਫੋਲਟਸ, ਔਰ ਕਮਿਊਨਿਜ਼ਮ ਦੇ ਫੋਲਟਸ ਆਪਾਂ ਦੇਖ ਚੁੱਕੇ ਹਾਂ ਕਿ ਕਿਸ ਤਰ੍ਹਾਂ ਬਰਲਿਨ ਦੀ ਕੰਧ ਹੈਗੀ, ਸੋਵੀਅਤ ਯੂਨੀਅਨ ਖਤਮ ਹੋ ਗਿਆ। ਅਤੇ ਕਹਿਣ ਦੀ ਗੱਲ ਮੈਂ ਇਹ ਕਰ ਰਿਹਾ ਸੀ, ਤੁਸੀਂ ਹੁਣ ਕਾਲਜ ਉੱਥੇ ਗਏ ਹੋ, ਤੁਸੀਂ ਕਾਫੀ ਕੁਛ ਕੀਤਾ ਕਾਲਜ ਜਨਰਲ, ਅਤੇ ਤੁਸੀਂ ਵੀ ਕੀਤਾ, ਅਤੇ ਉੱਥੇ ਦਾ ਜਿਹੜਾ ਮਾਹੌਲ ਹੁੰਦਾ ਕਾਲਜ ਦਾ, ਸਾਡੇ ਵੇਲਿਆਂ ਦੇ ਅਸੀਂ ਕਹਿੰਦੇ ਸੀ ਜਿਹੜੇ ਨੌਜਵਾਨ ਸੋਚਦੇ ਆ ਨਾ ਉਹੋ ਜਿਹਾ ਕੰਟਰੀ ਭਵਿੱਖ ਵਿੱਚ ਹੋਏਗਾ। ਭਗਤ ਸਿੰਘ ਬਾਰੇ ਕਿਹੋ ਜਿਹੀਆਂ ਗੱਲਾਂ ਹੁੰਦੀਆਂ ਸੀ ਕਾਲਜ ਦੇ ਵਿੱਚ? ਕਾਲਜ ਦੇ ਵਿੱਚ ਅਸਲ ਦੇ ਵਿੱਚ ਦੇਖਿਆ ਜਾਵੇ, ਜਦੋਂ ਭਗਤ ਸਿੰਘ ਦਾ ਜੇ ਓਨੈਸਟਲੀ ਮੈਂ ਗੱਲ ਕਰਾਂ ਕਿ ਭਗਤ ਸਿੰਘ ਬਾਰੇ ਗੱਲਾਂ ਉਸ ਵੇਲੇ ਉਸ ਦਿਨ ਹੁੰਦੀਆਂ ਜਿਸ ਦਿਨ ਉਹਨਾਂ ਦਾ ਜਨਮ ਦਿਨ ਹੁੰਦਾ ਜਾਂ ਜਿਸ ਦਿਨ ਛੁੱਟੀ ਹੁੰਦੀ ਹੈ। ਅਦਰਵਾਈਜ਼ ਮੈਨੂੰ ਲੱਗਦਾ ਨਹੀਂ ਕਿ ਹੁਣ ਯੰਗ ਜਨਰੇਸ਼ਨ ਜਿਹੜੀ ਹੈਗੀ ਆ ਉੱਥੇ ਆਪਦੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਦੇਸ਼ ਦੇ ਲਈ, ਕੌਮ ਦੇ ਲਈ, ਵੀ ਉਹਨਾਂ ਨੂੰ ਇੰਨਾ ਯਾਦ ਕਰਦੇ ਆ। ਸਿਰਫ ਉਹਨਾਂ ਦਿਨਾਂ 'ਤੇ ਜ਼ਰੂਰ ਯਾਦ ਕੀਤਾ ਜਾਂਦਾ ਜਿਹੜੇ ਦਿਨ ਉਹਨਾਂ ਰੱਖੇ ਜਾਂਦੇ ਆ ਉਹਨਾਂ ਦੇ ਦਿਨਾਂ ਤੋਂ, ਹਾਂ ਬਸ ਉਦਣ ਪਤਾ ਹੁੰਦਾ ਕਿ ਇਸ ਦਿਨ ਸਾਨੂੰ ਛੁੱਟੀ ਆ, ਉਸ ਦਿਨ ਦੀ ਗਵਰਨਮੈਂਟ ਨੇ ਛੁੱਟੀ ਮੰਨੀ ਹੋਈ। ਓਕੇ, ਭਗਤ ਸਿੰਘ ਜੀ ਨੂੰ ਆਪਾਂ ਇੱਕ ਸ਼ਰਧਾਂਜਲੀ ਵਜੋਂ ਮੈਂ ਇੱਕ ਕਵਿਤਾ ਪੜ੍ਹ ਦਿੰਦਾ ਕਿ ਇੱਕ ਉੱਚੇ ਖਿਆਲ ਦਾ ਸੀ ਨਾਮ ਸ਼ਹੀਦ ਭਗਤ ਸਿੰਘ, ਇੱਕ ਉੱਚੇ ਖਿਆਲ ਦਾ ਨਾਮ ਸੀ, ਉੱਚੇ ਇੱਕ ਉੱਚੇ ਖਿਆਲ ਦਾ ਸੀ ਨਾਮ ਸ਼ਹੀਦ ਭਗਤ ਸਿੰਘ, ਬੰਦਾ ਖਾਸ ਸੀ ਉਹ ਨਹੀਂ ਸੀ ਆਮ ਸ਼ਹੀਦ ਭਗਤ ਸਿੰਘ, ਤੋ ਕਰ ਦਿਆਂਗਾ ਜਾਨ ਮੈਂ ਕੁਰਬਾਨ ਹਿੰਦੁਸਤਾਨ 'ਤੇ, ਇਸ ਅੰਜਾਮ ਲਈ ਉਪਰਾਮ ਸੀ ਸ਼ਹੀਦ ਭਗਤ ਸਿੰਘ, ਨਾ ਹਿੰਦੂ ਸੀ ਨਾ ਮੁਸਲਮਾਨ ਨਾ ਸਿੱਖ ਈਸਾਈ, ਸਿਰਫ ਇਨਸਾਨ ਦਾ ਨਾਮ ਸੀ ਸ਼ਹੀਦ ਭਗਤ ਸਿੰਘ, ਸੋਨੇ ਦੀ ਚਿੜੀ 'ਤੇ ਸੀ ਨਿਸ਼ਾਨਾ ਕਿਸੇ ਇੱਕ ਗੈਰ ਦਾ, ਇੰਡੀਆ ਨੂੰ ਕਹਿੰਦੇ ਨਾ ਸੋਨੇ ਦੀ ਚਿੜੀ ਹੈ ਇਹ, ਕਿ ਸੋਨੇ ਦੀ ਚਿੜੀ 'ਤੇ ਸੀ ਨਿਸ਼ਾਨਾ ਕਿਸੇ ਇੱਕ ਗੈਰ ਦਾ, ਉਹਦੀ ਰੱਖਿਆ ਲਈ ਬੇਆਰਾਮ ਸੀ ਸ਼ਹੀਦ ਭਗਤ ਸਿੰਘ। ਤੋਂ ਅਗਲਾ ਸ਼ੇਅਰ ਹੈ ਕਿ ਜਲਿਆਂ ਵਾਲੇ ਬਾਗ ਨੂੰ ਭੁਲਾਉਂਦਾ ਵੀ ਉਹ ਆਖਰ ਕਿੰਜ, ਜਲਿਆਂ ਵਾਲੇ ਬਾਗ ਨੂੰ ਭੁਲਾਉਂਦਾ ਵੀ ਉਹ ਆਖਰ ਕਿੰਜ, ਉਸ ਸਿਤਮ ਦਾ ਹੀ ਤਾਂ ਇੰਤਕਾਮ ਸੀ ਸ਼ਹੀਦ ਭਗਤ ਸਿੰਘ, ਉਹਦੇ ਜੀਵਨ ਕਾਲ 'ਚ ਆਜ਼ਾਦ ਨਾ ਹੋ ਸਕਿਆ ਉਸਦਾ ਵਤਨ, ਉਸਦੇ ਜੀਵਨ ਕਾਲ 'ਚ ਆਜ਼ਾਦ ਨਾ ਹੋ ਸਕਿਆ ਉਸਦਾ ਵਤਨ, ਆਹ ਜਦ ਮਰਿਆ ਤਾਂ ਇੱਕ ਗੁਲਾਮ ਸੀ ਸ਼ਹੀਦ ਭਗਤ ਸਿੰਘ, ਸ਼ਹੀਦ ਹੋਇਆ ਤਾਂ ਇਤਿਹਾਸ ਦੇ ਪੰਨਿਆਂ 'ਚ ਜਾ ਵਸਿਆ, ਸ਼ਹੀਦ ਹੋਇਆ ਤਾਂ ਇਤਿਹਾਸ ਦੇ ਪੰਨਿਆਂ 'ਚ ਜਾ ਵਸਿਆ, ਜਿਉਂਦਾ ਸੀ ਤਾਂ ਕੇਵਲ ਇੱਕ ਨਾਮ ਸੀ ਸ਼ਹੀਦ ਭਗਤ ਸਿੰਘ, ਅਤੇ ਉਸਦੇ ਸੁਪਨਿਆਂ ਦੀ ਤਸਵੀਰ ਨਾ ਬਣ ਸਕਿਆ ਉਸਦਾ ਵਤਨ, ਉਸਦੇ ਸੁਪਨਿਆਂ ਦੀ ਤਸਵੀਰ ਨਾ ਬਣ ਸਕਿਆ ਉਸਦਾ ਵਤਨ, ਜਿਸ ਵਤਨ ਲਈ ਹੋਇਆ ਤਮਾਮ ਸੀ ਸ਼ਹੀਦ ਭਗਤ ਸਿੰਘ। ਤੋਂ ਮਕਤਾ ਹੈ, ਸਭ ਦਾ ਸਾਥੀ ਦੋਸਤ ਮਹਿਰਮ ਹਮਦਮ ਸੀ ਭਗਤ ਸਿੰਘ, ਸਭ ਦਾ ਸਾਥੀ ਦੋਸਤ ਮਹਿਰਮ ਹਮਦਮ ਸੀ ਭਗਤ ਸਿੰਘ, ਸ਼ਹੀਦ ਹੋਇਆ ਸ਼ਹਾਦਤ ਦਾ ਨਾਮ ਸੀ ਸ਼ਹੀਦ ਭਗਤ ਸਿੰਘ। ਤੋਂ ਉਹਨਾਂ ਨੂੰ ਅਸੀਂ ਸਿਰ ਝੁਕਾਉਂਦੇ ਹਾਂ, ਬਹੁਤ ਉਹਨਾਂ ਨੂੰ ਅਸੀਂ ਸਿਰ ਝੁਕਾਉਂਦੇ ਹਾਂ, ਔਰ ਉਹ ਜੇ ਹੋਰ ਸ਼ਹੀਦ ਵੀ ਹੋਏ ਲੱਖਾਂ ਜਿਹੜਾ ਉਹਨਾਂ ਨੂੰ ਝੁਕਾਉਂਦੇ ਹਾਂ, ਇਹ ਅਸੀਂ ਸ਼ਰਧਾਂਜਲੀ ਆਪਣੇ ਪ੍ਰੋਗਰਾਮ ਵਿੱਚ ਉਹਨਾਂ ਨੂੰ ਦਿੱਤੀ ਹੈ। ਤੁਸੀਂ ਆਪਣੀ ਕੋਈ ਨਜ਼ਮ ਸੁਣਾਓ। ਅੱਜ ਇੱਕ ਕਵਿਤਾ ਹਾਂਜੀ ਉਹਨਾਂ ਨੇ ਮੈਨੂੰ ਭੇਜੀ ਸੀ ਆਸਟ੍ਰੇਲੀਆ, ਅਸੀਂ ਕਾਲਜ ਇਕੱਠੇ ਪੜ੍ਹਦੇ ਹੁੰਦੇ ਸੀ ਅਤੇ ਉਹਦਾ ਵੀ ਇੰਟਰਸਟ ਸੀਗਾ ਕਾਫੀ ਲਿਖਣ ਦੇ ਵਿੱਚ। ਅੱਜ ਕੱਲ੍ਹ ਆਸਟ੍ਰੇਲੀਆ ਰਹਿੰਦੇ? ਹਾਂਜੀ ਅੱਜ ਕੱਲ੍ਹ ਆਸਟ੍ਰੇਲੀਆ ਰਹਿੰਦੇ, ਰਣਦੀਪ ਸਿੰਘ ਜੋਲਾ ਉਹਨਾਂ ਦਾ ਨਾਮ। ਅਸੀਂ ਤੈਨੂੰ ਭੁੱਲੇ ਨਹੀਂ ਭਗਤ ਸਿਆ, ਬਸ ਤੇਰੀ ਯਾਦ ਰੱਖਣ ਲਈ ਜ਼ਰੂਰੀ ਸੀ ਤੇਰੀ ਤਸਵੀਰ ਨੂੰ ਬਦਲਣਾ। ਵਾਹ, ਕਿਤਾਬ ਵਾਲੀ ਫੱਬਦੀ ਨਹੀਂ ਸੀ, ਅਸੀਂ ਕਿਤਾਬ ਦੀ ਥਾਂ ਪਿਸਤੌਲ ਫਿੱਟ ਕੀਤਾ, ਅੱਖਾਂ 'ਚ ਰੋਹ ਅਤੇ ਮੁੱਛਾਂ ਕੁੰਡੀਆਂ ਕੀਤੀਆਂ, ਅਤੇ ਹੁਣ ਵੇਖ ਕਿਵੇਂ ਤੇਰੀ ਤਸਵੀਰ ਘਰ ਘਰ ਲੱਗੀ ਹੋਈ ਹੈ। ਅਸੀਂ ਇੱਕ ਪੱਗ ਸ਼ੁਰੂ ਕੀਤੀ ਜਿਸ ਨੂੰ ਤੇਰੇ ਨਾਮ ਨਾਲ ਜੋੜਿਆ, ਅੱਜ ਵੇਖ ਕਿਵੇਂ ਉਹੀ ਪੱਗ ਬੰਨ ਕੇ ਤੇਰੇ ਨੌਜਵਾਨ ਵਾਰਸ
ਤੇਰੀ ਸ਼ਹੀਦੀ ਜੋੜ ਮੇਲੇ 'ਤੇ ਜਾਂਦੇ ਨੇ, ਕਾਰਾਂ 'ਚ ਰੱਖ ਕੇ ਡਾਂਗਾਂ ਕਿਰਪਾਨਾਂ ਗੰਡਾਸੇ 'ਤੇ ਜੋ ਸ਼ਾਮ ਨੂੰ ਘੁੱਟ ਪੀ ਕੇ ਕਿਸੇ ਨੂੰ ਆਜ਼ਾਦੀ ਦੇ ਅਰਥ ਸਮਝਾ ਸਕਣ। ਵਾਹ ਵਾਹ, ਸੁਣਿਆ ਕਿ ਤੂੰ ਕੁਝ ਪੜ੍ਹਨਾ ਲਿਖਣਾ ਵੀ ਜਾਣਦਾ ਸੀ, ਛੱਡ ਅਸੀਂ ਕੀ ਲੈਣਾ ਹੈ, ਅਜੇ ਤਾਂ ਅਸੀਂ ਹੋਰ ਮਹੱਤਵਪੂਰਨ ਖੋਜਾਂ ਕਰਨੀਆਂ ਨੇ ਤੇਰੇ ਜੀਵਨ ਬਾਰੇ, ਜਿਵੇਂ ਕਿ ਫਾਂਸੀ ਚੜ੍ਹਨ ਵੇਲੇ ਤੂੰ ਮੋਨਾ ਸੀ ਜਾਂ ਸਰਦਾਰ, ਆਰੀਆ ਸਮਾਜੀ ਸੀ ਜਾਂ ਅੰਮ੍ਰਿਤਧਾਰੀ, ਨਾਸਤਿਕ ਸੀ ਜਾਂ ਆਸਤਿਕ। ਫਿਰ ਤੇਰੀ ਤਸਵੀਰ ਮੁੜ ਤੋਂ ਬਣਾਵਾਂਗੇ ਪਰ ਪਿਸਤੌਲ ਨਹੀਂ ਕੱਢਾਂਗੇ, ਕਿਉਂਕਿ ਤਸਵੀਰ ਦਾ ਅਸਲੀ ਰੂਪ ਤਾਂ ਪਿਸਤੌਲ ਨਾਲ ਹੀ ਬਣਦਾ। ਕਿਤਾਬ ਦਾ ਕੀ ਆ? ਉਹ ਤਾਂ ਬਹੁਤ ਖੂਬਸੂਰਤ ਜਿਹਨੂੰ ਦੈਟ ਇਜ਼ ਅਨਦਰ ਕੁਐਸਚਨ ਜਿਹਦੇ ਵਿੱਚ ਮੈਂ ਮੇਰਾ ਸ਼ੇਅਰ ਵੀ ਸੀਗਾ ਕਿ ਉਹ ਨਾ ਹਿੰਦੂ ਸੀ ਨਾ ਮੁਸਲਮਾਨ ਨਾ ਸਿੱਖ ਈਸਾਈ, ਸਿਰਫ ਇਨਸਾਨ ਦਾ ਨਾਮ ਸੀ ਸ਼ਹੀਦ ਭਗਤ ਸਿੰਘ, ਔਰ ਸ਼ਹੀਦ ਭਗਤ ਸਿੰਘ ਨਾਸਤਿਕ ਵੀ ਸੀ। ਨਾਸਤਿਕ ਮਤਲਬ ਕਈ ਲੋਕ ਨਾਸਤਿਕਤਾ ਨੂੰ ਗਲਤ ਸਮਝ ਲੈਂਦੇ, ਜਿਹੜੀ ਸਕ੍ਰਿਪਚਰਸ ਹੁੰਦੀਆਂ ਨਾ, ਨਾਸਤਿਕਤਾ ਗਲਤ ਨਹੀਂ ਹੈ ਜਦੋਂ ਨਾਸਤਿਕਤਾ ਇੱਕ ਧਰਮ ਬਣ ਜਾਂਦੀ ਉਦੋਂ। ਨਹੀਂ, ਨਾਸਤਿਕ ਗਲਤ ਨਹੀਂ ਮੈਂ ਕਹਿੰਦਾ, ਨਾਸਤਿਕਤਾ ਨੂੰ ਗਲਤ ਸਮਝ ਲੈਂਦੇ ਲੋਕ, ਅਸਲ 'ਚ ਜਿਹੜੀ ਸਕ੍ਰਿਪਚਰਸ ਆ ਨਾ, ਹੁਣ ਗੁਰੂ ਗ੍ਰੰਥ ਸਾਹਿਬ ਦੀ ਸਕ੍ਰਿਪਚਰ ਆ ਜਿਹੜਾ ਉਹਦਾ ਰੌਅ ਨਹੀਂ ਹੈ, ਕਿਉਂਕਿ ਉਹਦੇ 'ਚੋਂ ਤੁਸੀਂ ਉਹ ਐਲੀਮੈਂਟ ਕੱਢੋ ਜਿਹਦੇ ਨਾਲ ਜ਼ਿੰਦਗੀ ਸੁਧਰਦੀ ਹੈ। ਹਰੇਕ ਧਰਮ ਦੇ ਵਿੱਚ ਇਸ ਤਰ੍ਹਾਂ ਹੁੰਦਾ। ਅਤੇ ਜਿਹੜਾ ਭਗਤ ਸਿੰਘ ਦਾ ਜਿਹੜਾ ਇਮੇਜ ਸੀਗਾ ਨਾ, ਉਹ ਨਿਊਟਰੈਲਿਟੀ ਦਾ ਇਮੇਜ ਸੀਗਾ, ਨਾ ਕਿ ਉਹਦੀ। ਅਸਲ 'ਚ ਭਗਤ ਸਿੰਘ ਦੇ ਇਮੇਜ ਨੂੰ ਹਰ ਜਥੇਬੰਦੀ ਨੇ ਆਪਣੇ ਹਿਸਾਬ ਨਾਲ ਯੂਜ਼ ਕੀਤਾ, ਆਪਣੀ ਦ੍ਰਿਸ਼ਟੀ ਤੋਂ, ਆਪਣੇ ਦ੍ਰਿਸ਼ਟੀਕੋਣ ਤੋਂ ਕੀਤਾ। ਔਰ ਆਮ ਤੌਰ 'ਤੇ ਇਤਿਹਾਸ ਲਿਖਿਆ ਵੀ ਇੱਦਾਂ ਹੀ ਜਾਂਦਾ, ਕਿਉਂਕਿ ਹਰ ਬੰਦਾ ਆਪਣੇ ਦ੍ਰਿਸ਼ਟੀਕੋਣ ਤੋਂ ਲਿਖਦਾ ਇਤਿਹਾਸ। ਆਈ ਡੂ ਡਿਸਐਗਰੀ ਵਿਦ ਯੂ, ਕਿਉਂਕਿ ਜਿਹੜਾ ਇਤਿਹਾਸ ਹੈ ਨਾ, ਅਸੀਂ ਸਭ ਤੋਂ ਜ਼ਿਆਦਾ ਨੋਟੀ ਜਿਹੜੇ ਬੰਦੇ ਹਾਂ, ਅਸੀਂ ਹਿੰਦੁਸਤਾਨੀ ਹਾਂ, ਅਸੀਂ ਆਪਣੇ ਇਤਿਹਾਸ ਨੂੰ ਹਮੇਸ਼ਾ ਬਦਲਦੇ ਰਹਿੰਦੇ ਹਾਂ। ਜਿਹੜਾ ਕੋਈ ਪਾਵਰ 'ਚ ਆ ਗਿਆ ਉਹਨੇ ਨਾ, ਮੇਰੀ ਗੱਲ ਦਾ ਮਤਲਬ ਉਹੀ ਹੈ ਨਾ, ਹਰ ਬੰਦਾ ਆਪਣੇ ਹਿਸਾਬ ਨਾਲ ਲਿਖਦਾ, ਆਪਣੇ ਹਿਸਾਬ ਨਾਲ ਟਵਿਸਟ ਕਰਦਾ ਆਪਣੇ ਹਿਸਾਬ ਨਾਲ ਇਤਿਹਾਸ। ਬਟ ਦੈਟਸ ਨਾਟ ਅ ਗੁੱਡ ਥਿੰਗ, ਕਿਉਂਕਿ ਨਾ ਤੇ ਇਤਿਹਾਸ ਇਤਿਹਾਸ ਹੁੰਦਾ, ਉਹ ਪਾਸਟ ਹੈ, ਉਹਨੂੰ ਛੇਤੀ ਤੁਸੀਂ ਬਦਲ ਨਹੀਂ ਸਕਦੇ। ਪਰ ਆਈ ਡੂ ਐਗਰੀ ਵਿਦ ਯੂ ਕਿ ਅਸੀਂ ਇਹ ਕੰਮ ਕਰਦੇ ਹਾਂ। ਅੱਛਾ, ਕਮਿੰਗ ਬੈਕ ਟੂ ਤੁਹਾਡੀ ਜਿਹੜੀ ਪੋਇਟਰੀ ਹੈਗੀ ਆ, ਅੱਛਾ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਤੁਹਾਡੀਆਂ ਫਿਲਮਾਂ ਬਾਰੇ, ਔਰ ਤੁਹਾਡੀਆਂ ਦੋ ਫਿਲਮਾਂ ਤੁਸੀਂ ਬਣਾਈਆਂ ਨੇ, ਮੈਂ ਦੋਵੇਂ ਦੇਖੀਆਂ ਨੇ, ਖਾਸ ਕਰਕੇ ਦਿਲ ਦਰਿਆ ਜਿਹੜਾ ਹੈਗਾ ਉਹ ਮੈਂ ਦੇਖੀ ਆ। ਤੁਹਾਨੂੰ ਜਿਹੜਾ ਫੀਡਬੈਕ ਆਇਆ ਉਸ ਫਿਲਮ ਬਾਰੇ ਜਾਂ ਦੂਸਰੀ ਫਿਲਮ ਬਾਰੇ, ਕਿਹੋ ਜਿਹਾ ਆਇਆ? ਤੁਸੀਂ ਆਰ ਯੂ ਇਨਕਰੇਜਡ ਕਿ ਯੂ ਸ਼ੁੱਡ ਬੀ ਮੇਕਿੰਗ ਮੋਰ ਫਿਲਮ? ਨਹੀਂ, ਮਿਕਸਡ ਫੀਡਬੈਕ ਆ। ਦੇਖੋ, ਜਿਹੜਾ ਤਾਂ ਕੁਛ ਲੋਕਾਂ ਦਾ ਫੀਡਬੈਕ ਤਾਂ ਹੈ ਕਿ ਕਮਰਸ਼ੀਅਲ ਤੌਰ 'ਤੇ ਫਿਲਮ ਬਣਾਉਣੀ ਹੈ ਜਿਹੜੀ ਕਿ ਬਹੁਤਾ ਲਾਹੇਵੰਦਾ ਧੰਦਾ ਨਹੀਂ ਹੈ, ਜੇ ਤੁਸੀਂ ਕਮਰਸ਼ੀਅਲ ਤੌਰ 'ਤੇ ਫਿਲਮ ਬਣਾਉਂਦੇ। ਪਰ ਮੇਰਾ ਮਕਸਦ ਜਿਹੜਾ ਹੈਗਾ ਕਮਰਸ਼ੀਅਲ ਫਿਲਮਾਂ ਬਣਾਉਣ ਦਾ ਨਹੀਂ ਹੈ, ਮੇਰਾ ਮਕਸਦ ਹੈਗਾ ਫਿਲਮਾਂ ਬਣਾਉਣ ਦਾ, ਕੁਛ ਆਪਣੇ ਹੈਰੀਟੇਜ ਲਈ, ਕੁਛ ਆਪਣੇ ਕਲਚਰ ਲਈ, ਕੁਛ ਆਪਣੇ ਸੱਭਿਆਚਾਰ ਲਈ, ਕੁਛ ਅਜਿਹੀਆਂ ਫਿਲਮਾਂ ਬਣਾਈਆਂ ਜਾਣ ਜਿਹੜੀਆਂ ਕਿ ਕਮਰਸ਼ੀਅਲ ਤਰੀਕੇ ਨਾਲ ਬਣਾਉਣੀਆਂ ਸੰਭਵ ਨਹੀਂ ਆ, ਜਿਹਨਾਂ ਤੋਂ ਪੈਸਾ ਨਹੀਂ ਬਣਾਇਆ ਜਾ ਸਕਦਾ, ਪਰ ਤੁਸੀਂ ਉਹ ਫਿਲਮਾਂ ਆਉਣ ਵਾਲੀਆਂ ਜਿਹੜੀ ਜਨਰੇਸ਼ਨਸ ਲਈ, ਆਪਣਾ ਜਿਹੜਾ ਵਿਰਸਾ ਵਾ, ਆਪਣਾ ਜਿਹੜਾ ਸੱਭਿਆਚਾਰ, ਆਪਣਾ ਇਤਿਹਾਸ ਆ, ਉਸਨੂੰ ਕਿਸੇ ਰੂਪ ਵਿੱਚ ਛੱਡ ਸਕੋ, ਉਹੋ ਜਿਹੀਆਂ ਕੁਛ ਫਿਲਮਾਂ ਬਣਾਉਣੀਆਂ ਚਾਹੁੰਦਾ ਜੀ। ਪਰ ਉਹ ਤੁਹਾਡੀ ਜਿਹੜੀ ਫਿਲਮਾਂ ਵੀ ਮੈਂ ਦੱਸਣਾ ਚਾਹੁੰਦਾ ਆਪਣੇ ਜਿਹੜੇ ਸਾਡੇ ਵਿਊਰਸ ਹੈ ਕਿ ਉਹ ਸ਼ਾਰਟ ਫਿਲਮਸ ਹੈ, ਸ਼ਾਰਟ ਫਿਲਮ, ਮਤਲਬ ਅੱਧੇ ਅੱਧੇ ਘੰਟੇ ਦੀ ਉਹ ਫਿਲਮ ਹੈ। ਹਾਂਜੀ, ਅਜੇ ਅੱਧਾ ਘੰਟਾ ਜਾਂ ਇੱਕ ਘੰਟਾ ਫਿਲਮ ਹੈ ਜਿਹੜਾ ਨਾ, ਉਹ 'ਚ ਤੁਸੀਂ ਉਸ ਟਾਈਮ ਦੇ ਵਿੱਚ ਇੱਕ ਮੈਸੇਜ ਕਨਵੇ ਕਰਨਾ ਹੁੰਦਾ। ਅੱਜ ਕੱਲ੍ਹ ਇਹ ਬੜੀ ਪਾਪੂਲਰ ਚੀਜ਼ ਹੋ ਗਈ ਹੈ, ਤੁਸੀਂ ਵੀ ਮਤਲਬ ਇਸ ਲਾਈਨ ਦੇ ਵਿੱਚ ਮਤਲਬ ਹੈਗੇ ਹੋ, ਤੁਸੀਂ ਕਹਿੰਦੇ ਤੁਸੀਂ ਐਕਟਿੰਗ ਵੀ ਕੀਤੀ ਹੈ ਫਿਲਮ ਦੇ ਵਿੱਚ। ਵੈਨ ਯੂ ਸੋ ਹਿਸ ਫਿਲਮ ਵਿਦਆਊਟ ਬੀਂਗ ਆਈ ਨੋ ਯੂਅਰ ਫਰੈਂਡਸ ਐਂਡ ਵੀ ਆਰ ਆਲ ਫਰੈਂਡਸ, ਬਟ ਇੰਡੀਪੈਂਡੈਂਟ ਅਗਰ ਆ ਜਾਣੀ ਹੋਵੇ, ਡੂ ਯੂ ਥਿੰਕ ਜਿਹੜੀ ਫਿਲਮ ਦਿਲ ਦਰਿਆ ਫਾਰ ਐਗਜ਼ਾਮਪਲ ਹੈ, ਉਹਦੇ ਵਿੱਚ ਹੀ ਵਾਜ਼ ਏਬਲ ਟੂ ਪੋਰਟਰੇ ਦਾ ਮੈਸੇਜ ਵਿਚ ਹੀ ਵਾਂਟਡ ਟੂ ਗਿਵ? ਯਾ, ਮੈਂ ਉਸ ਦਿਨ ਫਿਲਮ ਦੇਖੀ ਸੀ, ਉਸ ਦਿਨ ਜਿਸ ਦਿਨ ਭਾਈ ਦਾ ਸ਼ੋਅ ਸੀਗਾ। ਵਾਟ ਇਜ਼ ਯੋਰ ਇੰਪ੍ਰੈਸ਼ਨ? ਯਾ, ਮੈਨੂੰ ਐਕਚੁਅਲੀ, ਮੈਂ ਜਦੋਂ ਵੀ ਕੋਈ ਦੇਖਦਾ, ਮੈਂ ਉਹਦੇ ਟੈਕਨੀਕਲ ਪੱਖ ਜ਼ਿਆਦਾ ਦੇਖਦਾ ਜੀ। ਯਾ, ਟੈਕਨੀਕਲ ਪੱਖ ਤੋਂ, ਕਿਉਂਕਿ ਸ਼ਾਇਦ ਮੈਂ ਕਮਰਸ਼ੀਅਲਸ ਨਾਲ ਜੁੜਿਆ ਹੋਇਆ, ਸਟੋਰੀ ਵੀ ਇੱਕ ਪਾਸੇ ਚੱਲਦੀ ਪਈ ਹੁੰਦੀ ਹੈ, ਜ਼ਿਆਦਾ ਮੇਰਾ ਮੈਨੂੰ ਸਟੋਰੀ ਵਾਈਜ਼ ਕੋਈ ਨਹੀਂ ਐਡਾ ਲੱਗਾ, ਬਟ ਥੋੜ੍ਹੀਆਂ ਬਹੁਤੀਆਂ ਅਸੀਂ ਭਾਜੀ ਦੇ ਨਾਲ ਗੱਲਾਂ ਕਰਦੇ ਹੁੰਦੇ ਸੀ, ਉਹ ਭਾਜੀ ਨੂੰ ਵੀ ਪਤਾ ਸੀ ਜਿਹੜੇ ਕਹਿੰਦੇ ਕਿ ਥੋੜ੍ਹੀਆਂ ਰਹਿ ਗਈਆਂ ਸੀ ਨਾ। ਹਾਂ, ਅਗਰ ਤੁਸੀਂ ਨਾ ਦੱਸੋਗੇ ਨਾ, ਹਾਂਜੀ ਹਾਂਜੀ, ਹੀ ਵਿਲ ਨਾਟ ਇੰਪਰੂਵ। ਯਾ, ਜਦੋਂ ਆ ਰਹੇ ਸੀ ਅਸੀਂ ਭਾਈ ਆਪਸ ਵਿੱਚ ਗੱਲਾਂ ਕਰਦੇ ਹੁੰਦੇ ਸੀ, ਭਾਈ ਕਹਿੰਦੇ ਸੀ ਕਿ ਉਹ ਥੋੜ੍ਹੀ ਜਿਹੀ ਸਮੇਂ ਦੀ ਪ੍ਰੋਬਲਮ ਦਾ ਕਰਕੇ ਸਾਡੇ ਕੋਲ ਉਹ ਚੀਜ਼ਾਂ ਰਹਿ ਗਈਆਂ, ਵੀ ਜਿਹੜਾ ਕਰਕੇ ਕਈ ਵਾਰੀ ਆਰਟਿਸਟ ਅਵੇਲੇਬਲ ਨਹੀਂ ਸੀ ਸਾਡੇ ਕੋਲ। ਬਟ ਇਟ ਇਜ਼ ਵੈਰੀ ਗੁੱਡ ਅਟੈਂਪਟ ਇਨ ਮਾਈ ਵਿਊ। ਯਾ, ਮੈਂ ਦੇਖੀ ਹੈ ਫਿਲਮ, ਦੋ ਵਾਰੀ ਦੇਖੀ ਹੈ, ਇੱਕ ਵਾਰੀ ਇਹਨਾਂ ਦੇ ਘਰ ਵੀ ਦੇਖੀ, ਫਿਰ ਉੱਥੇ ਵੀ ਦੇਖੀ ਹੈ ਫਿਲਮ ਉਹ। ਮਤਲਬ ਨਾ, ਤੁਹਾਡੇ ਜਿਹੜੇ ਯੂ ਵਾਂਟ ਟੂ ਕਨਵੇ ਮੈਸੇਜ, ਜਿਹੜਾ ਦੇਖਣ ਵਾਲੇ ਨੂੰ ਸਮਝ ਆਉਂਦੀ ਵੀ ਕੀਤਾ ਬੇਸਿਕਲੀ, ਕਿ ਇੱਕ ਓਪਰਚੁਨਿਟੀ ਪੈਦਾ ਕਰ ਰਹੇ ਆ ਜਿਹੜੇ ਇੱਥੇ ਲੋਕਲ ਆਰਟਿਸਟ ਨੇ, ਕਿਉਂਕਿ ਇੱਥੇ ਫਿਲਮਾਂ ਬਣਦੀਆਂ ਨਹੀਂ, ਜ਼ਿਆਦਾ ਫਿਲਮਾਂ ਪੰਜਾਬ 'ਚ ਬਣਦੀਆਂ ਨੇ ਜਾਂ ਕਿਤੇ ਬਾਹਰ ਹੋਰ ਕਿਤੇ ਬਣਦੀਆਂ, ਇੱਥੇ ਜਿਹੜੀਆਂ ਪੰਜਾਬੀ ਫਿਲਮਾਂ ਕੋਈ ਬਿਲਕੁਲ ਨਹੀਂ ਬਣ ਰਹੀਆਂ। ਸ਼ਾਰਟ ਪੰਜਾਬੀ ਫਿਲਮਾਂ ਬਣਨ ਦੇ ਨਾਲ ਇੱਕ ਤਾਂ ਇੱਥੇ ਜਿਹੜੇ ਲੋਕਲ ਟੈਲੈਂਟ ਆ ਉਹਨਾਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲ ਸਕਦਾ, ਕੋਈ ਆਰਟਿਸਟ। ਵੈਸੇ ਆਈ ਡੂ ਐਗਰੀ ਵਿਦ ਯੂ, ਕਿਉਂਕਿ ਜਿਹੜੀਆਂ ਪਹਿਲਾਂ ਚਰਨਜੀਤ ਸੰਧੂ ਹੋਣੀ ਵੀ ਲੋਕ ਕਰਦੇ ਆ, ਉਹ ਪੰਜਾਬ 'ਚ ਬਣੀ, ਉਹ ਪੰਜਾਬ 'ਚ ਮਤਲਬ ਨਾ ਪੰਜਾਬ ਦੇ ਸੀਨ ਨੂੰ ਉਹਨਾਂ ਨੇ ਪੇਸ਼ ਕੀਤਾ। ਇਹਦੇ 'ਚ ਵਿਸ਼ਾ ਵੀ ਜਿਹੜਾ ਸੀਗਾ ਸਾਡਾ ਇੱਥੇ ਲੋਕਲ ਸੀਗਾ, ਇੱਥੋਂ ਦਾ ਵਿਸ਼ਾ ਸੀ,
ਤੇ ਵਟ ਡੂ ਯੂ ਥਿੰਕ ਪੰਜਾਬੀ ਕਮਿਊਨਿਟੀ ਸ਼ੁੱਡ ਬੀ ਡੂਇੰਗ ਇਨ ਦਾ ਫੀਲਡ ਆਫ ਫਿਲਮ ਮੋਰ ਵਟ ਮੇ ਮੋਰ ਐਫਰਟਸ ਕੌਨ ਕੈਨ ਬੀ ਪੁੱਟ ਇਨ ਦੇਅਰ ਇਹ ਤਾਂ ਉਹਦੇ ਐਕਚੁਅਲੀ ਇਹ ਜਿਹੜਾ ਕੰਮ ਫਿਲਮ ਦਾ ਹੈਗਾ ਇਹ ਜ਼ਿਆਦਾ ਇਹ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਫਾਈਨੈਂਸ ਦੀ ਪ੍ਰੋਬਲਮ ਫਾਈਨੈਂਸ ਦੀ ਪ੍ਰੋਬਲਮ ਆਉਂਦੀ ਹੈ ਇਹਨੂੰ ਫਿਲਮਾਂ ਇੱਥੇ ਵੀ ਬਣ ਸਕਦੀਆਂ ਇੱਥੇ ਕਿਹੜਾ ਨਹੀਂ ਬਣ ਸਕਦੀਆਂ ਜੇ ਉੱਥੋਂ ਆ ਕੇ ਇੱਥੇ ਬਣਾਉਂਦੇ ਆ ਫਿਲਮਾਂ ਇੱਥੇ ਲੋਕੇਸ਼ਨਸ ਵਧੀਆ ਵਾ ਓਕੇ ਆਰਟਿਸਟ ਉੱਥੋਂ ਆਉਂਦੇ ਆ ਸਾਡੇ ਕੋਲ ਟਾਈਮ ਬੜਾ ਛੇਤੀ ਛੇਤੀ ਦੌੜ ਰਿਹਾ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਹਾ ਹੈਗਾ ਕਿ ਤੁਸੀਂ ਜਿਹੜੀ ਟਰਬਨ ਹੈ ਇਹ ਮਤਲਬ ਸਿਖਾਉਂਦੇ ਹੋ ਜੀ ਬਣਨ ਵਾਸਤੇ ਵਟ ਆਈ ਹੈਵ ਸੀਨ ਐਕਚੁਅਲੀ ਹੁਣ ਮੈਂ ਕੈਨੇਡਾ ਤੋਂ ਵੀ ਹੋ ਕੇ ਮੈਂ ਕੈਨੇਡਾ ਜਾਂਦਾ ਰਹਿੰਦਾ ਕੈਨੇਡਾ ਦੇ ਵਿੱਚ ਬਹੁਤ ਪੱਗਾਂ ਵਾਲੇ ਨੇ ਅੱਛਾ ਉਹਦੀ ਇੱਕ ਤਾਂ ਵਜ੍ਹਾ ਇਹ ਹੈ ਕਿ ਉਹ ਨਵੇਂ ਨਵੇਂ ਆ ਰਹੇ ਨੇ ਅਤੇ ਜਦੋਂ ਅਸੀਂ ਇਸ ਮੁਲਕ ਵਿੱਚ ਆਏ ਸੀਗੇ ਤਾਂ ਪਹਿਲੀ ਗੱਲ ਇਹ ਹੁੰਦੀ ਸੀ ਕਿ ਆਪਣੀ ਪੱਗ ਲਗਾਓ ਲਾਓ ਤੁਸੀਂ ਕਿਉਂਕਿ ਸਾਨੂੰ ਜ਼ਿਆਦਾ ਭੁਲੇਖਾ ਨਹੀਂ ਸੀ ਇਹ ਅਸਲੀਅਤ ਵੀ ਸੀ ਕਿ ਪੱਗ ਵਾਲੇ ਬੰਦੇ ਨੂੰ ਉੱਥੇ ਜੋਬ ਨਹੀਂ ਸੀ ਮਿਲਦੀ ਉਹ ਇੱਕ ਨੇ ਪੱਗ ਲਾਈ ਫਿਰ ਦੂਸਰੇ ਨੇ ਲਾਤੀ ਫਿਰ ਉਹ ਅਸੀਂ ਕੀ ਕਹਿੰਦੇ ਬਰਾਊਨ ਸਾਹਿਬ ਬਣ ਗਏ ਅਤੇ ਹੁਣ ਜਿਹੜੀ ਇਹ ਪੱਗ ਜਿਹੜੀ ਵਾਪਸ ਆ ਰਹੀ ਹੈ ਅਤੇ ਲੋਕਾਂ 'ਚ ਇੰਟਰਸਟ ਕਿੰਨਾ ਹੈ ਪੱਗ ਬੰਨਣ ਦਾ ਵਾਪਸ ਆਉਣ ਦਾ ਕਾਰਨ ਜੋ ਮੈਂ ਸਮਝਦਾ ਅੱਜ ਕੱਲ੍ਹ ਜੋ ਪੰਜਾਬੀ ਸੌਂਗਸ ਆ ਰਹੇ ਆ ਨਾ ਉਹ ਪੱਗ ਦੇ ਨਾਲ ਰਿਲੇਟਡ ਬਹੁਤ ਆ ਰਹੇ ਆ ਜਿਹੜਾ ਮਿਊਜ਼ਿਕ ਆ ਉਹ ਬਹੁਤ ਅਸਰ ਕਰਦਾ ਜੀ ਮਨਾਂ 'ਤੇ ਇਹ ਤਾਂ ਹੈ ਜਿਹੜਾ ਮਿਊਜ਼ਿਕ ਅਸਰ ਕਰਦਾ ਮਨਾਂ 'ਤੇ ਜਿੰਨੇ ਗਾਣੇ ਪਿਛਲੇ ਥੋੜ੍ਹੇ ਜਿਹੇ ਦੌਰ ਦੇ ਵਿੱਚ ਅੱਗੇ ਬਹੁਤ ਘੱਟ ਆਉਂਦਾ ਹੁੰਦਾ ਸੀ ਕੋਈ ਗਾਣਾ ਸਰਦਾਰਾਂ 'ਤੇ ਕੋਈ ਪੱਗ 'ਤੇ ਪਿਛਲੇ ਦੌਰ ਦੇ ਵਿੱਚ ਇੰਨੇ ਕੁ ਗਾਣੇ ਆਏ ਆ ਕਿ ਜਿਹੜੇ ਉੱਥੇ ਮੁੰਡੇ ਨਹੀਂ ਵੀ ਬੰਨਦੇ ਸੀ ਪੱਗਾਂ ਉਹ ਵੀ ਬੰਨਣ ਲੱਗ ਗਏ ਇੱਥੋਂ ਦੀ ਗੱਲ ਦੱਸਿਆ ਇੱਥੇ ਥੋੜ੍ਹਾ ਜਿਹਾ ਜਿਹੜੇ ਇੱਥੋਂ ਦੇ ਬੋਰਨ ਹੈਗੇ ਆ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਕਿਉਂਕਿ ਉਹਨਾਂ ਨੂੰ ਸਕੂਲ ਟਾਈਮ ਸ਼ਾਇਦ ਇਹ ਨਹੀਂ ਬੰਨਦੇ ਜਾਂ ਇੰਨਾ ਨਹੀਂ ਜਿਹੜੇ ਇੱਥੋਂ ਦੇ ਬੋਰਨ ਆ ਨਾ ਇੱਥੇ ਰੀਅਲੀ ਇੱਥੋਂ ਦੇ ਜਿਹੜੇ ਬੋਰਨ ਆ ਨਾ ਉਹ ਬਹੁਤ ਘੱਟ ਹੈ ਜਿਹੜੇ ਪੱਗ ਬੰਨਣ ਨੂੰ ਤਿਆਰ ਆ ਕਿਉਂਕਿ ਉਹ ਇਸ ਤਰ੍ਹਾਂ ਹੀ ਪੈਦਾ ਹੋਏ ਇੱਦਾਂ ਹੀ ਆਪਣੇ ਫਾਦਰ ਨੂੰ ਉਹਨਾਂ ਨੇ ਦੇਖਿਆ ਨਾ ਪਰ ਹੌਲੀ ਹੌਲੀ ਸ਼ਾਇਦ ਹੋਏਗਾ ਮੈਂ ਇੱਕ ਪੇਜ ਬਣਾਇਆ ਹੋਇਆ ਜੀ ਸੋਸ਼ਲ ਮੀਡੀਆ ਦੇ ਉੱਤੇ ਟਰਬਨ ਮਾਸਟਰ ਲੰਡਨ ਕਰਕੇ ਅਤੇ ਉਹ ਕਈ ਵਾਰੀ ਉਹਦੇ ਤੋਂ ਦੇਖ ਲੈਂਦੇ ਆ ਜਿਹੜੇ ਇੱਥੋਂ ਦੇ ਬੋਰਨ ਕਈ ਵਾਰੀ ਇੱਦਾਂ ਹੁੰਦਾ ਕਿ ਲੋਕਾਂ ਨੂੰ ਮੈਰਿਜਸ ਦੇ ਉੱਤੇ ਪ੍ਰੋਬਲਮ ਆਉਂਦੀ ਆ ਪੱਗ ਬੰਨਣ ਦੀ ਪੱਗ ਨਹੀਂ ਬੰਨਣੀ ਆਉਂਦੀ ਅਤੇ ਜਾਂ ਕਿਤੇ ਹੋਰ ਪ੍ਰੋਗਰਾਮ 'ਤੇ ਜਾਣਾ ਹੋਵੇ ਅਤੇ ਫਿਰ ਉਹ ਕੰਟੈਕਟ ਕਰ ਲੈਂਦੇ ਆ ਫਿਰ ਉਹ ਮੈਂ ਉਹਨਾਂ ਦੀ ਹੈਲਪ ਕਰ ਦਿੰਦਾ ਉਹਨੇ ਜਾ ਕੇ ਡੂ ਯੂ ਥਿੰਕ ਜਦੋਂ ਤੁਸੀਂ ਫਿਲਮਾਂ ਦੀ ਗੱਲ ਕੀਤੀ ਹੈ ਪੱਗ ਦੀ ਗੱਲ ਕੀਤੀ ਹੈ ਫਿਲਮਾਂ ਦੀ ਗੱਲ ਕੀਤੀ ਹੈ ਤੁਸੀਂ ਫਿਲਮਾਂ ਦੇਖਦੇ ਹੋ ਰੀਸੈਂਟਲੀ ਆਈ ਹੈਵ ਸੋ ਸੀਨ ਦੈਟ ਫਿਲਮ ਦਿਲਜੀਤ ਦੁਸਾਂਝ ਦੀ ਉੜਤਾ ਪੰਜਾਬ ਐਂਡ ਫਿਰ ਸੋ ਵੇਰੀਅਸ ਮਤਲਬ ਫਿਲਮਸ ਬਣੀਆਂ ਜਿਹਦੇ ਵਿੱਚ ਪੱਗ ਨੂੰ ਪੋਰਟਰੇ ਕੀਤਾ ਗਿਆ ਔਰ ਇਹ ਈਵਨ ਬੋਲੀਵੁੱਡ ਵਾਲਿਆਂ ਨੇ ਅਜੇ ਦੇਵਗਨ ਤੁਹਾਡਾ ਹਾਂਜੀ ਹਾਂਜੀ ਸਰਨਾਮੀਆ ਉਹਨੇ ਵੀ ਪੱਗ ਬੰਨ ਕੇ ਰੋਲ ਕੀਤੇ ਹੈ ਆਪਣਾ ਰਣਵੀਰ ਕਪੂਰ ਆ ਉਹਨੇ ਮਤਲਬ ਪੱਗ ਉੱਥੋਂ ਜਦੋਂ ਪਾਪੂਲਰ ਹੋ ਜਾਵੇ ਨਾ ਫਿਰ ਉਹਦਾ ਅਸਰ ਪੈਣ ਲੱਗ ਪੈਂਦਾ ਪਹਿਲਾਂ ਕਿਉਂਕਿ ਜਿਹੜੀਆਂ ਫਿਲਮਾਂ ਬਣਦੀਆਂ ਉਹ 'ਚ ਨਾ ਕੋਮੀਕਲ ਰੋਲ ਦਿੰਦੇ ਸੀ ਸਰਦਾਰਾਂ ਨੂੰ ਬਿਲਕੁਲ ਤੁਹਾਡੀ ਗੱਲ ਠੀਕ ਪਹਿਲਾਂ ਫਿਲਮਾਂ ਦੇ ਵਿੱਚ ਇੱਕ ਹਾਸੇ ਦਾ ਪਾਤਰ ਬਣਾਇਆ ਜਾਂਦਾ ਸੀ ਸਰਦਾਰਾਂ ਨੂੰ ਪਰ ਹੁਣ ਇੱਕ ਬੜਾ ਪਾਵਰਫੁਲ ਰੋਲਸ ਆ ਰਹੇ ਨੇ ਸਰਦਾਰਾਂ ਦੇ ਔਰ ਖਾਸ ਤੌਰ 'ਤੇ ਜਿਹੜੀ ਪੰਜਾਬੀ ਫਿਲਮਾਂ ਜਦੋਂ ਦੀਆਂ ਕਾਮਯਾਬ ਹੋਈਆਂ ਨੇ ਦਲਜੀਤ ਆ ਉਹਨੇ ਕਾਫ਼ੀ ਦਲਜੀਤ ਨੇ ਪੱਗ ਨੂੰ ਕਾਫ਼ੀ ਮਹੱਤਵ ਦਿੱਤੀ ਉਸ ਤੋਂ ਬਾਅਦ ਜਿਹੜੇ ਜਿੱਦਾਂ ਇਹਨਾਂ ਨੇ ਸਾਡੇ ਵੀ ਇੱਥੇ ਜਿੱਦਾਂ ਮਲਕੀਤ ਹੈ ਹਾਂਜੀ ਮਲਕੀਤ ਸੁਖਸ਼ਿੰਦਰ ਸ਼ਿੰਦਾ ਸੁਖਸ਼ਿੰਦਰ ਸ਼ਿੰਦਾ ਅੱਜ ਕੱਲ੍ਹ ਜਿਹੜੀ ਯੰਗਰ ਜਨਰੇਸ਼ਨ ਨੂੰ ਸੁਖਸ਼ਿੰਦਰ ਸ਼ਿੰਦਾ ਜੱਸੀ ਇੱਕ ਹੋਰ ਹੁੰਦਾ ਸੀ ਕਿ ਜਦੋਂ ਕੋਈ ਸਿੰਗਰਸ ਆਉਂਦੇ ਆ ਨਾ ਸਰਦਾਰ ਸਿੰਗਰ ਆਪਦੀ ਟੇਪ ਲੈ ਕੇ ਮਾਰਕੀਟ ਦੇ ਵਿੱਚ ਉਹਨਾਂ ਦੀ ਕਾਪੀ ਬਹੁਤ ਕਰਦੇ ਆ ਜੀ ਲੋਕ ਪਹਿਲਾਂ ਜਦੋਂ ਨਿੱਕੂ ਆਇਆ ਉਹ ਸਟਾਈਲ ਚੱਲ ਪਿਆ ਨਿੱਕੂ ਦਾ ਹੁਣ ਜਦੋਂ ਦਿਲਜੀਤ ਆਇਆ ਦਿਲਜੀਤ ਨਹੀਂ 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 ਇੰਦਰਜੀਤ ਨਿੱਕੂ ਦੀ ਇੰਦਰਜੀਤ ਨਿੱਕੂ ਦੀ ਗੱਲ ਕਰਦੇ ਪੰਜਾਬ ਦੇ ਵਿੱਚ ਉਹ ਸਟਾਈਲ ਬੜਾ ਪ੍ਰਚਲਿਤ ਹੋਇਆ ਉਦੋਂ ਉਸ ਤੋਂ ਬਾਅਦ ਵਿੱਚ ਫਿਰ ਦਿਲਜੀਤ ਹੁਣ ਆਇਆ ਹੁਣ ਦਿਲਜੀਤ ਸਟਾਈਲ ਬੜਾ ਪ੍ਰਚਲਿਤ ਹੁੰਦਾ ਦੌਰ ਹੁੰਦਾ ਸੀਗਾ ਕਿ ਕਾਲਜ ਦੇ ਵਿੱਚ ਮੈਂ ਲੁਧਿਆਣੇ ਦੀ ਗੱਲ ਕਰਦਾ ਜਲੰਧਰ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਕਿ ਉੱਥੇ ਕਲਾਸ ਦੇ ਵਿੱਚ ਵੀ ਪੱਗਾਂ ਵਾਲੇ ਮੁੰਡੇ ਇੱਕ ਦੋ ਵੀ ਹੁੰਦੇ ਸੀਗੇ ਉਹਨਾਂ ਦਾ ਵੀ ਬਾਕੀ ਦੇ ਮੁੰਡੇ ਖੱਲੀ ਉਡਾਉਂਦੇ ਸੀ ਇਹ ਮੇਰੇ ਭਤੀਜਿਆਂ ਨੇ ਦੱਸਿਆ ਉੱਥੇ ਜਿਹੜੇ ਮਤਲਬ ਇਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਦੌਰ ਰਹੇ ਨੇ ਪੰਜਾਬ ਦੇ ਵਿੱਚ ਜਿੱਦਾਂ ਤੁਹਾਡਾ ਜਿਹੜਾ ਦੌਰ ਸੀ ਉਹ ਸ਼ਾਇਦ ਬਹੁਤਾ ਨਕਸਲਵਾੜੀ ਮੂਵਮੈਂਟ ਦੇ ਨੇੜੇ ਤੇੜੇ ਦਾ ਦੌਰ ਸੀ ਔਰ ਸਾਡਾ ਜਿਹੜਾ ਦੌਰ ਸੀ ਉਹ ਖੜਕੂਵਾਦ ਦੇ ਨਕਸਲਵਾੜੀ ਨਾਲ ਉਹਦੇ ਨਾਲ ਉਹ ਤੋਂ ਪਹਿਲਾਂ ਦਾ ਜਿਹੜਾ ਦੌਰ ਸੀ ਸਾਡਾ ਜਿਹੜਾ ਦੌਰ ਸੀ ਉਹ ਪ੍ਰਗਤੀਵਾਦੀ ਹਾਂਜੀ ਪ੍ਰਗਤੀਵਾਦੀ ਦੌਰ ਲੇਕਿਨ ਸਾਡਾ ਜਿਹੜਾ ਦੌਰ ਸੀ ਉਹ ਖੜਕੂਵਾਦ ਦਾ ਦੌਰ ਸੀ ਸਾਡੇ ਦੌਰ ਤਾਂ ਜਿਹੜੇ ਨਹੀਂ ਵੀ ਬੰਨਦੇ ਸੀ ਉਹ ਵੀ ਪੀੜੀਆਂ ਪੱਗਾਂ ਬੰਨ ਬੰਨ ਕੇ ਦਾੜੀਆਂ ਖੁੱਲੀਆਂ ਰੱਖਣ ਲੱਗ ਗਏ ਵੈਰੀ ਗੁੱਡ ਓਕੇ ਸੁਣਾਓ ਜੀ ਕਿਉਂਕਿ ਸਾਡੇ ਕੋਲ ਜਿਹੜੇ 5-7 ਮਿੰਟ ਰਹਿੰਦੇ ਆ ਇੱਕ ਨਜ਼ਰ ਤੁਸੀਂ ਸੁਣਾਓ ਇੱਕ ਤੁਸੀਂ ਸੁਣਾਓ ਜੀ ਪਹਿਲਾਂ ਭਾਈ ਸੁਣਾਓ ਮੈਂ ਪਹਿਲਾਂ ਕਿਹਾ ਸੁਣਾਓ ਹਾਂਜੀ ਮੈਂ ਓਬਵੀਅਸਲੀ ਜਿੱਦਾਂ ਜਦੋਂ ਇੱਥੇ ਜਦੋਂ ਇੱਥੇ ਜਦੋਂ ਮੈਂ ਪੰਜਾਬ ਤੋਂ ਇੱਥੇ ਆਇਆ ਨਾ ਸਾਥੀ ਜੀ ਪਹਿਲਾਂ ਪਹਿਲਾਂ ਜਦੋਂ ਇੱਥੇ ਆਇਆ ਤਾਂ ਮੈਂ ਤੁਰਿਆ ਜਾਂਦਾ ਸੀ ਸੜਕ ਤੇ ਮੈਂ ਤੁਰਿਆ ਜਾਵਾਂ ਮੈਨੂੰ ਕਿਸੇ ਨੇ ਨਾ ਬੁਲਾਇਆ ਉਸ ਚੀਜ਼ ਦਾ ਮੈਨੂੰ ਬੜਾ ਲੱਗਿਆ ਕਿ ਯਾਰ ਵੀ ਇੱਥੇ ਕੋਈ ਜਾਣਦਾ ਹੀ ਨਹੀਂ ਹੈ ਨਾ ਤੇ ਪੰਜਾਬ ਦੇ ਵਿੱਚ ਤੇ ਜੇ ਦਹੀਂ ਲੈਣ ਵੀ ਜਾਂਦੇ ਸੀ ਤਾਂ ਤੁਹਾਨੂੰ ਸ਼ਾਮ ਨੂੰ ਘਰੇ ਵਾਪਸ ਆਉਂਦੇ ਸੀ ਸੋ ਇਸ ਲਈ ਉਹ ਜਿਹੜਾ ਪੰਜਾਬ ਦੀ ਜਿਹੜੀ ਯਾਦਾਂ ਨੇ ਉਹ ਹਮੇਸ਼ਾ ਰਹਿੰਦੀ ਉਹਨਾਂ 'ਤੇ ਇੱਕ ਕਵਿਤਾ ਲਿਖੀ ਹੈ
ਰੋਜ਼ੀ ਰੋਟੀਆਂ ਦੇ ਪੱਟੇ ਬੈਠੇ ਵਿੱਚ ਪਰਦੇਸਾਂ, ਦੱਸ ਇਹਦੇ ਵਿੱਚ ਸਾਡਾ ਕੀ ਕਸੂਰ, ਆਵੇ ਯਾਦ ਤਾਂ ਬਥੇਰੀ, ਪਿੰਡ ਰਹਿ ਗਿਆ ਏ ਦੂਰ। ਪੇਂਦੂ ਗੁੜਿਆਂ ਦੇ ਬੇਰ, ਪੋਨੇ ਪੋਨੇ ਗੰਨੇ, ਝੋਨੇ ਦੀ ਸੁਗੰਧ ਜੋਸੀ ਆਉਂਦੀ ਬੰਨੇ ਬੰਨੇ, ਲੱਸੀ ਵਾਲੀ ਚਾਟੀ, ਦੁੱਧ ਵਾਲੇ ਛੰਨੇ, ਭੂਕਾਂ ਵਾਲੇ ਗੱਠੇ ਹੱਥਾਂ ਨਾਲ ਭੰਨੇ, ਪਹਿਲੇ ਤੋੜ ਵਾਲੀ ਦਾਰੂ ਝੱਟ ਆ ਜਾਵੇ ਸਰੂਰ, ਆਵੇ ਯਾਦ ਤਾਂ ਬਥੇਰੀ, ਪਿੰਡ ਰਹਿ ਗਿਆ ਏ ਦੂਰ। ਬੋਰ ਥੱਲੇ ਬਾਬੇ ਗੱਲਾਂ ਕਰਦੇ ਸੀ ਗੱਲ, ਤਾਸ਼ ਦੀਆਂ ਢਾਣੀਆਂ ਦੀ ਭੁੱਲਦੀ ਨਾ ਗੱਲ, ਚੌਸਰਾਂ ਦੇ ਪਾਸੇ ਪੈਂਦੀ ਸੀਨੇ ਵਿੱਚ ਸੱਲ, ਸੱਥ ਵਿੱਚ ਇਕੱਠੇ ਸਾਰੇ ਬਹਿੰਦੇ ਸੀਗੇ ਰਲ, ਸਾਂਝਾ ਸੀ ਕਬੀਲਾ, ਸਾਂਝਾ ਸੀ ਗਰੂਰ, ਆਵੇ ਯਾਦ ਤਾਂ ਬਥੇਰੀ, ਪਿੰਡ ਰਹਿ ਗਿਆ ਏ ਦੂਰ। ਬਰਸੀਮ ਦੀ ਉਹ ਭਰੀ ਪੰਡ ਉਹ ਕੱਖਾਂ ਦੀ, ਪਿੰਡ ਦੀ ਉਹ ਮਿੱਟੀ ਹੁਣ ਮਿਲਦੀ ਨਾ ਲੱਖਾਂ ਦੀ, ਅੰਬ ਦਾ ਅਚਾਰ, ਮੂਲੀ ਉਹ ਵੱਟਾਂ ਦੀ, ਤਿੰਨ ਖੂੰਜੇ ਉਹ ਪਰੌਂਠੇ, ਖਾਧੇ ਦਹੀਂ ਵਿੱਚ ਚੂਰ, ਆਵੇ ਯਾਦ ਤਾਂ ਬਥੇਰੀ, ਪਿੰਡ ਰਹਿ ਗਿਆ ਏ ਦੂਰ। ਖੱਟੀ ਜਿਹੀ ਚੁੰਨੀ ਤੇ ਗੁਲਾਬੀ ਜਿਹਾ ਚਿਹਰਾ, ਗੱਲਾਂ ਦਿਲ ਵਿੱਚ ਰਹੀਆਂ, ਹੋ ਸਕਿਆ ਨਾ ਜੇਰਾ, ਭਾਈ ਵਾਲਾ ਚੌਂਕ, ਬੁਲਟ ਦਾ ਗੇੜਾ, ਸਾਥੀ ਸਭ ਕੁਝ ਛੱਡ ਦੇਵਾਂ, ਕਿਤੇ ਮਿਲ ਜੇ ਉਹ ਕੇਰਾਂ, ਸਿੱਧੀ ਸਾਦੀ ਕੁੜੀ ਸਾਨੂੰ ਲੱਗਦੀ ਸੀ ਹੂਰ, ਆਵੇ ਯਾਦ ਤਾਂ ਬਥੇਰੀ, ਪਿੰਡ ਰਹਿ ਗਿਆ ਏ ਦੂਰ। ਹੁੰਦੇ ਝੂਠੇ ਨਾ ਮੁਕਾਬਲੇ, ਸੜਦੇ ਨਾ ਗਲਾਂ ਵਿੱਚ ਟਾਇਰ, 47 ਵਾਲੀ ਵੰਡ ਹੁੰਦਾ ਨਾ 84 ਵਾਲਾ ਕਹਿਰ, ਨਾ ਲੁੱਟਦੇ ਬਗਾਨੇ, ਬਣਦੇ ਆਪਣੇ ਨਾ ਗੈਰ, ਪਰਦੇਸਾਂ ਵਾਲਾ ਅਸੀਂ ਅੱਕ ਚੱਬਦੇ ਨਾ ਜ਼ਹਿਰ, ਬਿੱਟੂ ਵੱਸਦੇ ਲਤਾਲੇ, ਕਾਹਤੋਂ ਆਉਂਦੇ ਇੰਨੀ ਦੂਰ, ਆਵੇ ਯਾਦ ਤਾਂ ਬਥੇਰੀ, ਪਿੰਡ ਰਹਿ ਗਿਆ ਏ। ਪਿਕਚਰ ਖਿੱਚੀ ਆ, ਬਹੁਤ ਸੋਹਣੀ। ਪਰ ਵਟ ਡੂ ਯੂ ਥਿੰਕ ਆਫ, ਕਿਉਂਕਿ ਪਾਸ਼ ਨੂੰ ਵੀ ਅੱਜ ਯਾਦ ਕਰ ਲਈਏ ਅਸੀਂ, ਪਾਸ਼ ਮੈਂ ਉਹਨੂੰ ਇੰਟਰਵਿਊ ਕੀਤਾ ਸੀ ਇੱਥੇ, ਮਤਲਬ ਮਿਲਦਾ ਰਹਿੰਦਾ ਸੀ ਉਹ, ਅਤੇ ਪਾਸ਼ ਨੇ ਮੇਰੀ ਇੰਟਰਵਿਊ 'ਚ ਬੜੀ ਪਿਆਰੀ ਗੱਲ ਕਹੀ। ਉਹ ਜਦ ਇੱਦਾਂ ਦੀ ਕਵਿਤਾਵਾਂ ਸੁਣਦਾ ਸੀ ਨਾ, ਉਹ ਕਹਿੰਦਾ ਗੱਲ ਸੁਣੋ, ਸਾਨੂੰ ਸਿਰਫ ਤੁਸੀਂ ਇਹੀ ਕਹੀ ਜਾਂਦੇ ਵੀ ਚਰਸ ਜਿਹੜਾ ਹੁੰਦਾ ਨਾ, ਪਾਣੀ ਕੱਢੀ ਚਰਸ ਅਤੇ ਹਲਟ, ਇਹਨਾਂ ਦੀਆਂ ਗੱਲਾਂ ਕਰੀ ਜਾਂਦੇ, ਅਸੀਂ ਅੱਗੇ ਨਾ ਵਧੀਏ। ਅੱਗੇ ਵਧਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣਾ ਜਿਹੜਾ ਹੈਰੀਟੇਜ ਭੁੱਲ ਜਾਓ। ਹੈਰੀਟੇਜ ਤਾਂ ਮਿਊਜ਼ੀਅਮ ਵਿੱਚ ਹੁੰਦਾ, ਮਿਊਜ਼ੀਅਮ ਵਿੱਚ ਹੁੰਦਾ, ਪਰ ਉਹਨੂੰ ਸੰਭਾਲ ਕੇ ਰੱਖਣਾ ਜ਼ਰੂਰੀ ਹੁੰਦਾ ਨਾ, ਤੁਸੀਂ ਉਹਨੂੰ ਭੁੱਲ ਨਹੀਂ ਸਕਦੇ। ਮੇਰਾ ਇੱਕ ਅੱਗੇ ਵਧਣ ਦਾ ਪਾਸ਼ਤਾ, ਅੱਗੇ ਵਧਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਰਸ਼ੀਆ ਦੇ ਪੋਇਟਾਂ ਨੂੰ ਵੀ ਪੋਇਟ ਸਮਝਣਾ ਸ਼ੁਰੂ ਕਰ ਦਿਓ, ਪਾਸ਼ ਦਾ ਬਦਲੇ 5 ਮਿੰਟਸ। ਓਕੇ ਰਵਿੰਦਰ, ਮੈਂ ਅਗਲੀ ਨਜ਼ਰ ਸੁਣਾਈ ਜੀ। ਇਹ ਦੁਨੀਆ ਕਿੱਧਰ ਤੁਰ ਪਈ, ਪੈ ਗਈ ਕਿਹੜੇ ਰਾਹ, ਉੱਪਰ ਢੇਰ ਬਾਰੂਦ ਦੇ ਅਸੀਂ ਬਹਿ ਗਏ ਆਸਣ ਦਾ, ਅਸੀਂ ਵਿੱਚ ਸਰਹੱਦਾਂ ਵਾਂਡੇ ਗਏ, ਦਿਸੇ ਨਾ ਕਿਧਰੇ ਪਿਆਰ, ਬਸ ਇੱਕ ਦੂਜੇ ਨਾਲ ਲੜਨ ਲਈ ਖੜੀ ਹੈ ਫੌਜ ਤਿਆਰ। ਇੱਥੇ ਉੱਡਣ ਖਟੋਲੇ ਘੁੰਮਦੇ, ਸੁੱਟਦੇ ਅੱਗ ਜਿਹੀ ਸ਼ੈ, ਪਲਕ ਝਪਕਦਿਆਂ ਨਾਲ ਹੀ ਕਈ ਜਾਨਾਂ ਜਾਂਦੀ ਲੈ। ਖੋਰੇ ਕਿਹੜੇ ਲੋਕ ਕੁਲੱਛਣੇ, ਜਿਨ੍ਹਾਂ ਫੜ ਲਈ ਸਾਡੀ ਡੋਰ, ਕਠਪੁਤਲੀ ਅੱਗੇ ਨੱਚਦੀ, ਕੋਈ ਪਰਦੇ ਪਿੱਛੇ ਹੋਰ। ਕਈ ਲੈ ਕੇ ਓਲਾ ਮਜ਼ਹਬ ਦਾ, ਖੇਡਣ ਆਪਣੀ ਖੇਡ, ਅਸੀਂ ਹੋਰ ਜਜ਼ਬਾਤੀ ਤੁਰ ਪਏ, ਜਿਉਂ ਭੇੜ ਦੇ ਪਿੱਛੇ ਭੇੜ। ਖੋਰੇ ਕਿਹੜਾ ਮਜ਼ਹਬ ਸਿਖਾ ਗਿਆ ਸਾਨੂੰ ਪੁੱਠੇ ਸਿੱਧੇ ਦਾ, ਮਾਸੂਮਾਂ ਦੀ ਮੌਤ 'ਚੋਂ ਅਸੀਂ ਲੱਭੀਏ ਸੁਰਗ ਦਾ ਰਾਹ। ਇੱਥੇ ਬਚਪਨ ਫਿਰਦਾ ਦਹਿਕਦਾ, ਸੁਪਨੇ ਮਰੇ ਰੰਗੀਨ, ਅਸੀਂ ਖੋਹ ਕਿਤਾਬਾਂ ਬੱਚਿਆਂ ਦੇ ਦਿੱਤੀ ਹੱਥ ਸੰਗੀਨ। ਸਾਡੇ ਖੇਤੀ ਜ਼ਹਿਰਾਂ ਉੱਗਦੀਆਂ, ਸਾਡੀ ਜ਼ਹਿਰੀ ਹੋਈ ਪੌਣ, ਅਸੀਂ ਆਪ ਸਹੇੜੀ ਮੌਤ ਤੋਂ, ਹੁਣ ਆਪ ਬਚਾਵੇ ਕੌਣ। ਸਾਨੂੰ ਧਰਤੀ ਛੋਟੀ ਲੱਗਦੀ, ਛੋਟੇ ਲੱਗਣ ਪਹਾੜ, ਅਸੀਂ ਅੰਬਰ ਵੱਲ ਮੂੰਹ ਕਰ ਲਿਆ ਅਤੇ ਰਾਕਟ ਦਿੱਤੇ ਚਾੜ, ਅਸੀਂ ਮੰਗਲ ਤੱਕ ਵੀ ਪਹੁੰਚ ਗਏ, ਪਰ ਨਾ ਮਾਰੀ ਧਰਤ 'ਤੇ ਝਾਤ, ਫੁੱਟਪਾਥਾਂ 'ਤੇ ਭੁੱਖਿਆਂ ਕਿੰਨਿਆਂ ਕੱਟੀ ਰਾਤ। ਇੱਥੇ ਤਾਣ ਸੰਗੀਨਾਂ ਬੈਠ ਗਏ ਅਸੀਂ ਇੱਕ ਦੂਜੇ ਦੇ ਵੱਲ, ਪਰ ਲੱਭਣ ਜ਼ਿੰਦਗੀ ਹੋਰ ਨੂੰ ਅਸੀਂ ਤੁਰ ਪਏ ਮੰਗਲ ਵੱਲ। ਆਓ ਪਹਿਲਾਂ ਧਰਤ ਸਾਂਭੀਏ, ਅੰਬਰ ਲੱਭੀਏ ਫੇਰ, ਪਹਿਲਾਂ ਇੱਥੇ ਲੱਗਦੇ ਰੋਕ ਲਓ ਨਿਤ ਲਾਸ਼ਾਂ ਦੇ ਢੇਰ। ਥੈਂਕ ਯੂ ਜ਼ਰੂਰ ਜੀ। ਚੰਗੀ ਖਬਰ ਹੈ ਤਾਂ ਬਣਦੀ ਜੇ ਮੌਤਾਂ ਹੋਣ ਹਜ਼ਾਰਾਂ, ਚੰਗੀ ਖਬਰ ਹੈ ਤਾਂ ਬਣਦੀ ਜੇ ਮੌਤਾਂ ਹੋਣ ਹਜ਼ਾਰਾਂ, ਥੋੜੀਆਂ ਮੌਤਾਂ ਵਾਲੀਆਂ ਖਬਰਾਂ ਲਾਉਂਦੀਆਂ ਨਹੀਂ ਅਖਬਾਰਾਂ। ਤੂੰ ਦੇਖਦੇ ਹਾਂ ਕਿ ਚੰਗੀ ਖਬਰ ਹੈ ਤਾਂ ਬਣਦੀ ਜੇ ਮੌਤਾਂ ਹੋਣ ਹਜ਼ਾਰਾਂ, ਥੋੜੀਆਂ ਮੌਤਾਂ ਵਾਲੀਆਂ ਖਬਰਾਂ ਲਾਉਂਦੀਆਂ ਨਹੀਂ ਅਖਬਾਰਾਂ। ਮਾਰੂ ਹਮਲੇ, ਗੰਨ ਅਟੈਕ ਅਤੇ ਅੱਤ ਖੂਨੀ ਘਟਨਾਵਾਂ, ਮਾਰੂ ਹਮਲੇ, ਗੰਨ ਅਟੈਕ ਅਤੇ ਅੱਤ ਖੂਨੀ ਘਟਨਾਵਾਂ ਕਦੇ ਕਦਾਈ ਆਪਣੇ ਲੋਕ ਹੀ ਭੁੰਨ ਦਿੰਦੀਆਂ ਸਰਕਾਰਾਂ। ਆਖਰ ਤਾਂ ਇਨਸਾਨ ਹੀ ਮਰਦਾ ਜਦੋਂ ਤਸ਼ੱਦਦ ਹੁੰਦਾ, ਆਖਰ ਤਾਂ ਇਨਸਾਨ ਹੀ ਮਰਦਾ ਜਦੋਂ ਤਸ਼ੱਦਦ ਹੁੰਦਾ, ਕਿਸੇ ਦੀਆਂ ਨਹੀਂ ਜਿੱਤਾਂ ਹੁੰਦੀਆਂ, ਕਿਸੇ ਦੀਆਂ ਨਹੀਂ ਹਾਰਾਂ। ਕਿ ਧਾੜਵੀਆਂ ਤੋਂ ਡਰਦੇ ਲੋਕ ਬਹਿ ਗਏ ਵੜ ਕੇ ਅੰਦਰ, ਧਾੜਵੀਆਂ ਤੋਂ ਡਰਦੇ ਲੋਕ ਬਹਿ ਗਏ ਵੜ ਕੇ ਅੰਦਰ, ਉੱਚੀਆਂ ਕੀਤੀਆਂ ਕੰਧਾਂ, ਲਾਈਆਂ ਕੰਡਿਆਂ ਵਾਲੀਆਂ ਤਾਰਾਂ।
ਕਿ ਹਰ ਥਾਂ ਵੱਸ ਗਏ ਸ਼ਹਿਰ ਅਤੇ ਲੱਗੀਆਂ ਧੂੰਏ ਵਾਲੀਆਂ ਮਿਲਾਂ, ਹਰ ਥਾਂ ਵੱਸ ਗਏ ਸ਼ਹਿਰ ਅਤੇ ਲੱਗੀਆਂ ਧੂੰਏ ਵਾਲੀਆਂ ਮਿਲਾਂ, ਲੁਧਿਆਣਾ 'ਚ ਤਾਂ ਆਇਆ ਨਾ, ਹਰ ਥਾਂ ਵੱਸ ਗਏ ਸ਼ਹਿਰ ਅਤੇ ਲੱਗੀਆਂ ਧੂੰਏ ਵਾਲੀਆਂ ਮਿਲਾਂ, ਅੰਬਰਾਂ ਵਿੱਚ ਨਾ ਦਿਸਣ ਗਾਉਂਦੀਆਂ ਹੁਣ ਕੂੰਜਾਂ ਦੀਆਂ ਡਾਰਾਂ, ਕਿ ਗੁਰਾਂ ਕਿਹਾ ਸੀ ਮਜ਼ਲੂਮਾਂ ਦੀ ਰੱਖਿਆ ਇਹਨਾਂ ਨੇ ਕਰਨੀ, ਗੁਰਾਂ ਕਿਹਾ ਸੀ ਮਜ਼ਲੂਮਾਂ ਦੀ ਰੱਖਿਆ ਇਹਨਾਂ ਨੇ ਕਰਨੀ, ਲੇਕਿਨ ਅੱਜ ਕੱਲ੍ਹ ਗੋਲਕ ਖਾਤਰ ਚੱਲਦੀਆਂ ਨੇ ਤਲਵਾਰਾਂ, ਕਿ ਤਾਹਾਂ ਮਾਰ ਕੇ ਰੋਇਆ ਰਾਂਝਾ ਤੱਕ ਕੇ ਹੀਰ ਦੀ ਡੋਲੀ, ਤਾਹਾਂ ਮਾਰ ਕੇ ਰੋਇਆ ਰਾਂਝਾ ਤੱਕ ਕੇ ਹੀਰ ਦੀ ਡੋਲੀ, ਖੇੜਿਆਂ ਦੇ ਘਰ ਜਾਣ ਵਾਸਤੇ ਚੁੱਕੀ ਜਦੋਂ ਕਹਾਰਾਂ, ਕਿ ਸਾਨੂੰ ਉੱਕਾ ਪਾਉਂਦੀਆਂ ਨਾਈਆਂ ਜੀਵਨ ਵਿੱਚ ਤਨਹਾਈਆਂ, ਯੁੱਗ ਯੁੱਗ ਜੀਵੇ ਯਾਰ ਸਾਡਾ ਯਾਰ ਦੇ ਨਾਲ ਬਹਾਰਾਂ, ਜਦ ਮਾਲਕ ਨੇ ਸਾਨੂੰ ਸਾਥੀ ਆਪਣੇ ਕੋਲ ਬੁਲਾਉਣਾ, ਜਦ ਮਾਲਕ ਨੇ, ਆਖਰੀ ਸ਼ੇਰ ਹੈ ਕਿ ਜਦ ਮਾਲਕ ਨੇ ਸਾਨੂੰ ਸਾਥੀ ਆਪਣੇ ਕੋਲ ਬੁਲਾਉਣਾ, ਰੋਕ ਨਾ ਸਕਣਾ ਸਾਨੂੰ ਸਾਡੇ ਮਿੱਤਰਾਂ ਰਿਸ਼ਤੇਦਾਰਾਂ। ਅੱਛਾ ਹੁਣ ਇੱਕ ਸ਼ੇਰ ਸੁਣਾਓ, ਕਿਉਂਕਿ ਇੱਕ ਮਿੰਟ ਸਾਡੇ ਕੋਲ। ਬੜੇ ਵੱਖਰੇ ਸੁਭਾਅ ਦੇ ਸਾਡੇ ਸੱਜਣ ਪਿਆਰੇ, ਕਦੇ ਗੁੱਸਾ ਜਿਹਾ ਆਵੇ ਕਦੇ ਲੱਗਣ ਪਿਆਰੇ, ਗੱਲ ਗੁੱਸੇ ਵਾਲੀ ਕਹਿੰਦੇ ਗੁੱਸੇ ਹੋਣ ਵੀ ਨਹੀਂ ਦਿੰਦੇ, ਪਹਿਲਾਂ ਦੁਖੀ ਕਰ ਦਿੰਦੇ ਫਿਰ ਰੋਣ ਵੀ ਨਹੀਂ ਦਿੰਦੇ। ਇਹ ਦੇਖੋ ਜੀ ਨਾ ਆਪਣੀ ਪੱਗ ਬੰਨੀ ਹੈ, ਪ੍ਰਕਾਸ਼ ਕੌਰ ਦਾ ਗਾਣਾ ਹੈ, ਉਹ ਤਾਂ ਆ ਗਿਆ ਨਾ ਆਪਣੀ ਪੱਗ ਬੰਨ ਕੇ ਵੀ ਬਾਪੇ ਮੈਨੂੰ ਨਹੀਂ ਹੋ ਤੋਰਦੇ। ਸੁੱਕਦੇ ਬੁੱਲਾਂ ਨੂੰ ਹਾਸੇ ਵੀ ਤੇਰੇ ਨੇ, ਰੋਂਦੀਆਂ ਅੱਖਾਂ ਨੂੰ ਦਿਲਾਸੇ ਵੀ ਤੇਰੇ ਨੇ, ਪਲ ਪਲ ਰੁਕਦੀਆਂ ਧੜਕਣਾਂ ਨੂੰ ਠੁੰਮਣੇ ਵੀ ਤੇਰੇ, ਤਰਵਾਸੇ ਵੀ ਤੇਰੇ ਨੇ, ਗੱਲਾਂ ਵੀ ਤੇਰੀਆਂ ਨੇ, ਖਿਆਲ ਵੀ ਤੇਰੇ ਨੇ, ਸਵਾਲ ਵੀ ਤੇਰੇ ਨੇ, ਜਵਾਬ ਵੀ ਤੇਰੇ ਨੇ, ਸਾਡੀ ਰੂਹ ਵਿੱਚ ਅਣਕਹੇ ਜੋ ਵੱਜਦੇ ਨੇ ਉਹ ਸੰਗੀਤ ਵੀ ਤੇਰੇ ਨੇ, ਸਾਜ ਵੀ ਤੇਰੇ ਨੇ, ਕਬਰਾਂ ਵੱਲ ਜਾਂਦੇ ਰਾਹ ਵੀ ਤੇਰੇ ਨੇ, ਵਿੱਚ ਵਿਚਾਲੇ ਅਟਕੇ ਸਾਹ ਵੀ ਤੇਰੇ ਨੇ, ਬਿੱਟੂ ਐਵੇਂ ਸਿਰ ਝੁਕਾਈ ਬੈਠਾ, ਸਜਦੇ ਵੀ ਤੇਰੇ, ਦਰਗਾਹ ਵੀ ਤੇਰੇ। ਕਿਆ ਬਾਤ ਹੈ, ਬਹੁਤ ਅੱਛਾ, ਬਹੁਤ ਅੱਛਾ। ਤੁਸੀਂ ਦੋਨੋਂ ਸ਼ੁਭ ਛਾਵਾਂ ਮੇਰੀਆਂ ਤੁਹਾਡੇ ਨਾਲ ਨੇ। ਥੈਂਕ ਯੂ ਸਰ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਮੈਨੂੰ ਉਮੀਦ ਆ ਤੁਸੀਂ ਪਸੰਦ ਕੀਤਾ ਹੋਵੇਗਾ। ਅਗਲੇ ਹਫ਼ਤੇ ਆਪਾਂ ਫੇਰ ਮਿਲਾਂਗੇ, ਉਦੋਂ ਤੀਕ ਹੈਵ ਏ ਵੰਡਰਫੁਲ ਵੀਕ, ਲੁੱਕ ਆਫਟਰ ਯੂਰਸੈਲਫ ਐਂਡ ਲੁੱਕ ਆਫਟਰ ਦ ਪੀਪਲ ਅਰਾਊਂਡ ਯੂ। ਥੈਂਕ ਯੂ ਵੈਰੀ ਮੱਚ।